ओके वाहेगुरु जी का खालसा वाहेगुरु जी की फतेह ਸਾਰਿਆਂ ਨੂੰ ਹੱਥ ਜੋੜ ਕੇ ਤਹਿ ਦਿਲੋਂ ਸਤਿ ਸ਼੍ਰੀ ਅਕਾਲ ਔਰ ਕਹਿੰਦੇ ਨੇ ਅੱਜ ਮੇਰਾ ਦਿਲ ਬਾਗ ਹੋ ਬਾਗ ਹੋਇਆ ਤੇ ਥੈਂਕ ਯੂ ਸੋ ਮੱਚ ਕੁਆਂਟਿਟੀ ਮੈਟਰ ਨਹੀਂ ਕਰਦੀ ਕੁਆਲਿਟੀ ਮੈਟਰ ਕਰਦੀ ਹੈ ਸੋ ਤੁਹਾਡੇ ਈਚ ਐਂਡ ਐਵਰੀ ਵਨ ਥੈਂਕ ਯੂ ਸੋ ਮੱਚ ਫਰੋਮ ਛੋਟੇ ਬੱਚੇ ਤੋਂ ਲੈ ਕੇ ਸਾਡੇ ਵੱਡੇ ਬਜ਼ੁਰਗਾਂ ਤੋਂ ਥੈਂਕ ਯੂ ਸੋ ਮੱਚ ਔਰ ਸਪੈਸ਼ਲੀ ਮੈਂ ਥੈਂਕ ਯੂ ਕਰਨਾ ਚਾਹਾਂਗੀ ਮੇਰੀ ਫੈਮਿਲੀ ਮੇਰੇ ਭਰਾ ਕੇ ਪਰਮਾਰ ਸਾਹਿਬ ਜਿਹੜੇ ਅਸੀਂ ਕੱਲ੍ਹ ਰਾਤ ਦੇ ਸੀ ਇਸ ਸਮਾਗਮ ਨੂੰ ਲੈ ਕੇ ਬੜੇ ਐਕਸਾਈਟਿਡ ਵੀ ਸੀਗੇ ਔਰ ਬੜੀ ਮਿਹਨਤ ਲੱਗੀ ਹੈ ਜਿਹਨੂੰ ਕਹਿੰਦਾ ਐਲਬੋ ਗਰੀਸ ਵਾਕਈ ਸੋ ਰਾਤ ਦਾ ਟਾਈਮ ਸੀਗਾ ਅਤੇ ਅਸੀਂ ਮੈਂ ਭਾਅ ਜੀ ਕੰਪਲੇਨ ਕਰ ਰਹੇ ਕਿ ਕਮਰ ਦੁਖਦੀ ਪਈ ਹੈ ਟੈਂਟ ਵਗੈਰਾ ਲਗਾਏ ਕੁਰਸੀਆਂ ਲਗਾਈਆਂ ਸੋ ਇਹ ਸਭ ਸਿਰਫ ਤੁਹਾਡੇ ਕਰਕੇ ਔਰ ਮਾਈ ਟੀ ਵੀ ਦਾ ਉਪਰਾਲਾ ਇਹੀ ਹੈ ਮਾਈ ਟੀ ਵੀ ਜਿਹੜਾ ਹੈਗਾ ਤੁਹਾਡਾ ਟੀ ਵੀ ਮਾਈ ਟੀ ਵੀ ਰੇਡੀਓ ਅਸੀਂ ਐਡ ਕੀਤਾ ਨਾਲ ਅਸੀਂ ਆਪ ਵੀ ਯੂਜ਼ ਟੂ ਹੋ ਰਿਹਾ ਕਿ ਵਾਰ ਵਾਰ ਮਾਈ ਟੀ ਵੀ ਰੇਡੀਓ ਕਹੀਏ ਇਹ ਸਾਰੀ ਸਰਵਿਸ ਅਸੀਂ ਇਸੇ ਕਰਕੇ ਸ਼ੁਰੂ ਕੀਤੀ ਹੈ ਕਿ ਸਾਨੂੰ ਸ਼ੌਂਕ ਹੈਗਾ ਮੈਨੂੰ ਵੀ ਮੇਰੇ ਭਰਾ ਗਿਆਪਾਲ ਬਾਠ ਸਾਹਿਬ ਨੂੰ ਵੀ ਅਤੇ ਹਸਬੈਂਡ ਨੂੰ ਵੀ ਕਿ ਕਮਿਊਨਿਟੀ ਵਾਸਤੇ ਕੁਛ ਕਰਨਾ ਚਾਹੁੰਦੇ ਸੀ ਬੜੇ ਬੜੇ ਮੇਲੇ ਵੀ ਹੁੰਦੇ ਆ ਬੜੇ ਪ੍ਰੋਗਰਾਮ ਮੈਂ ਖੁਦ ਵੀ ਕਰਦੀ ਹਾਂ ਧੀਆਂ ਦਾ ਵੀ ਮੇਲਾ ਕਰਦੀ ਹਾਂ ਲੇਕਿਨ ਉਹਦੇ 'ਚ ਵੀ ਸਾਨੂੰ ਸੰਤੁਸ਼ਟੀ ਵੀ ਮਿਲ ਰਹੀ ਸੀ ਕਿ ਐਸਾ ਹੋਰ ਕੀ ਕਰੀਏ ਐਸਾ ਹੋਰ ਕੀ ਕਰ ਸਕਦੇ ਹਾਂ ਜਿਹੜਾ ਕਿ ਹੋਰ ਜਿਹੜਾ ਚੈਲੰਜ ਹੈਗਾ ਕੱਲਾ ਇਹ ਨਹੀਂ ਹੈਗਾ ਕਿ ਕਮਿਊਨਿਟੀ ਦੀ ਸੇਵਾ ਗੁਰਦੁਆਰੇ ਜਾ ਕੇ ਜਾਂ ਲੰਗਰ ਬਣਾ ਕੇ ਕਰਨੀ ਹੈ ਸੇਵਾ ਇਹ ਵੀ ਹੈਗਾ ਕਿ ਅਗਰ ਕਿਸੇ ਦੇ ਵਿੱਚ ਕੋਈ ਟੈਲੈਂਟ ਹੈ ਉਹਨੂੰ ਸਾਹਮਣੇ ਲੈ ਕੇ ਆਈਏ ਅਤੇ ਇਹ ਵੀ ਸੇਵਾ ਸੋ ਸਾਡੇ ਵੱਲੋਂ ਇਹ ਛੋਟੀ ਜਿਹੀ ਇੱਕ ਹਲੇ ਤਾਂ ਕਹਿੰਦੇ ਬੇਬੀ ਸਟੈਪ ਹੈ ਸਕਾਈਜ਼ ਦਾ ਲਿਮਿਟ ਹਲੇ ਇਹ ਸ਼ੁਰੂਆਤ ਹੈ ਹੋ ਸਕਦਾ ਕਈ ਲੋਕਾਂ ਨੂੰ ਇਹ ਲੱਗਾ ਵਕੀਲਾ ਇਹ ਕੀ ਕਰ ਦਿੱਤਾ ਬਹੁਤ ਸਾਰੇ ਲੋਕ ਹਲੇ ਇਹੋ ਜਿਹੇ ਸਾਨੂੰ ਮਿਲਣਗੇ ਲੇਕਿਨ ਸਾਡੇ ਵਾਸਤੇ ਇਹ ਸਾਡਾ ਪਹਿਲਾ ਸਟੈਪ ਹੈ ਔਰ ਜਿਵੇਂ ਮੈਂ ਕਿਹਾ ਕਿ ਸਕਾਈਜ਼ ਦਾ ਲਿਮਿਟ ਸੋ ਵਾਹਿਗੁਰੂ ਮੇਹਰ ਕਰੇ ਅਤੇ ਬਹੁਤ ਜਲਦ ਮੈਂ ਤਾਂ ਕਹਿ ਰਹੀ ਕਿ ਬਹੁਤ ਜਲਦ ਕਿ 2020 ਦੇ ਵਿੱਚ ਮੇਰਾ ਇਹ ਵਾਅਦਾ ਹੈਗਾ ਕਿ ਅਸੀਂ ਤਾਂ ਇੱਕ ਵੱਡੇ ਵੇਅਰ ਹਾਊਸ ਦੇ ਵਿੱਚ ਨਜ਼ਰ ਆਵਾਂਗੇ ਕੋਸ਼ਿਸ਼ ਇਹੀ ਸੀਗੀ ਸਪੀਚ ਆਪਾਂ ਬਹੁਤ ਛੋਟੀ ਰੱਖਣੀ ਹੈ ਲੇਕਿਨ ਮੈਂ ਔਰ ਆ ਗਿਆ ਪਾਲ ਜੀ ਜਦ ਸਾਡੇ ਕੋਲ ਮਾਈਕ੍ਰੋਫੋਨ ਆ ਜਾਏ ਤਾਂ ਸਾਨੂੰ ਕੋਈ ਨਹੀਂ ਰੋਕ ਸਕਦਾ ਪਤਾ ਨਹੀਂ ਗੱਲਾਂ ਕਿੱਥੋਂ ਆਉਂਦੀਆਂ ਨੇ ਇਹ ਕੋਈ ਸਕ੍ਰਿਪਟ ਨਹੀਂ ਹੈ ਕਿ ਅਸੀਂ ਕੋਈ ਪਲਾਨ ਨਹੀਂ ਕੀਤਾ ਈਵਨ ਕਿ ਰਾਤੀ ਵੀ ਸਾਨੂੰ ਮੌਕਾ ਨਹੀਂ ਲੱਗਿਆ ਕਿ ਅਸੀਂ ਸਕ੍ਰਿਪਟ ਲਿਖੀਏ ਜਾਂ ਕੁਝ ਬੋਲੀਏ ਅਸੀਂ ਸਫਾਈਆਂ ਟੈਂਟ ਡੈਕੋਰੇਸ਼ਨ 'ਚ ਲੱਗੇ ਰਹੇ ਜਿਹੜਾ ਕਿ ਸਵੇਰੇ ਸਾਨੂੰ ਡਰਿੰਕ ਡਿਊ ਕਰਨਾ ਪਿਆ ਸਾਰਾ ਕੁਝ ਸੋ ਐਨੀਵੇਜ਼ ਇਹ ਦਿਨ ਸਾਡਾ ਜਿਹੜਾ ਦਿਨ ਹੈ ਤੁਹਾਡੇ ਨਾਲ ਅਸੀਂ ਸਾਂਝਾ ਕਰਨਾ ਚਾਹੁੰਦੇ ਹਾਂ ਕਿਉਂਕਿ ਤੁਹਾਡੇ ਤੋਂ ਬਿਨਾਂ ਆਡੀਅੰਸ ਤੋਂ ਬਿਨਾਂ ਜਿਹੜਾ ਹੋਸਟ ਹੈ ਉਹ ਕੁਛ ਨਹੀਂ ਸਟਾਰ ਵੀ ਜਿਹੜੇ ਇੱਥੇ ਸਾਡੇ ਇੱਡੇ ਨੇ ਸਟਾਰ ਬੈਠੇ ਨੇ ਸਭ ਤੋਂ ਪਹਿਲਾਂ ਥੈਂਕ ਯੂ ਕਰਨਾ ਚਾਹਾਂਗੀ ਸਟਾਰ ਦੀ ਗੱਲ ਆਈਏ ਅਤੇ ਨੂਰ ਨਕਵੀ ਜੀ ਨੇ ਅੱਜ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਖਲੋਤੇ ਨੇ ਸਾਨੂੰ ਬੜੀ ਖੁਸ਼ੀ ਹੈ ਬਹੁਤ ਸਾਰੇ ਜਿਹੜੇ ਇੱਥੇ ਸਾਡੇ ਫੈਮਿਲੀ ਮੈਂਬਰਸ ਨੇ ਜਾਂ ਜਿਹੜੇ ਭੈਣ ਭਰਾ ਇੱਥੇ ਆਏ ਨੇ ਉਹਨਾਂ ਨੂੰ ਨਹੀਂ ਵੀ ਪਤਾ ਹੋਏਗਾ ਕਿ ਸਾਡੇ ਪਾਕਿਸਤਾਨ ਦੇਸ਼ ਤੋਂ ਬਿਲੋਂਗ ਕਰਦੇ ਨੇ ਲੇਕਿਨ ਜਿਹੜਾ ਟੈਲੈਂਟ ਹੈ ਉਹਦੀ ਕੋਈ ਦਿਸ਼ਾ ਨਹੀਂ ਉਹਦਾ ਕੋਈ ਦੇਸ਼ ਨਹੀਂ ਉਹਦਾ ਕੋਈ ਧਰਮ ਨਹੀਂ ਉਹਦੀ ਕੋਈ ਜਾਤ ਨਹੀਂ ਉਹ ਸਭ ਸਾਡੇ ਸਾਰਿਆਂ ਦਾ ਸਾਂਝਾ ਹੈ ਸੋ ਉਹਨਾਂ ਦਾ ਮੈਂ ਥੈਂਕ ਯੂ ਕਰਨਾ ਚਾਹਾਂਗੀ ਕਿ ਅਸੀਂ ਉਹਨਾਂ ਨੂੰ ਇਨਵੀਟੇਸ਼ਨ ਦਿੱਤਾ ਕਿ ਸਾਡੇ ਚੀਫ ਗੈਸਟ ਬਣ ਕੇ ਆਓ ਅਤੇ ਸਾਡਾ ਰਿਬਨ ਕੱਟੋ ਤੁਸੀਂ ਰੈੱਡ ਰਿਬਨ ਕੱਟੋ ਔਰ ਉਹਨਾਂ ਨੇ ਬਿਲਕੁਲ ਬਿਨਾਂ ਕੋਈ ਹਿਚਕਚਾਹਟ ਦਿਖਾਏ ਉਹਨਾਂ ਨੇ ਐਕਸੈਪਟ ਕੀਤਾ ਥੈਂਕ ਯੂ ਸੋ ਮੱਚ ਭਾਅ ਜੀ ਤੁਹਾਡਾ ਅਤੇ ਬਹੁਤ ਜਿਹੜੇ ਸਾਡੇ ਵੀਰ ਭੈਣ ਭਰਾ ਇੱਥੇ ਸਾਰੇ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜ਼ਿਆਦਾ ਨਾ ਟਾਈਮ ਲੈਂਦੇ ਹੋਏ ਮੈਂ ਮੇਰੇ ਵੱਡੇ ਭਰਾ ਨੂੰ ਕਹਾਂਗੀ ਪਲੀਜ਼ ਭਾਅ ਜੀ ਆਓ ਦੋ ਲਫ਼ਜ਼ ਸਾਂਝੇ ਕਰੋ ਕਿਉਂਕਿ ਮੈਂ ਹਟਣਾ ਨਹੀਂ ਆ ਗਿਆ ਪਾਲ ਭਾਅ ਜੀ ਕਰਾਂ ਨਹੀਂ ਮੈਂ ਤੁਹਾਨੂੰ ਇਸ ਕਰਕੇ ਦੇ ਰਹੀ ਹਾਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਅੱਗੇ ਹੋਰ ਲਾਈਨ ਹੈਗੀ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਈ ਮੇਕ ਇਟ ਵੈਰੀ ਇਨਫੋਰਮਲ ਕਿਉਂਕਿ ਦਿਸ ਇਜ਼ ਮੋਰ ਆਫ ਅ ਫੈਮਿਲੀ ਗੈਟ ਟੁਗੈਦਰ ਦੈਨ ਅ ਫਾਰਮਲ ਮੀਟਿੰਗ ਮੇਰਾ ਨਾਮ ਗਿਆਪਾਲ ਸਿੰਘ ਬਾਠ ਹੈ ਆਈ ਐਮ ਵਨ ਆਫ ਦੀ ਸੇਵਾਦਾਰ ਕੈਮਰਾ ਟੀ ਵੀ ਦਾ ਮੈਨੂੰ ਜਿਹੜਾ ਅਕਸਰ ਕੁਸ਼ਚਨ ਪੁੱਛਿਆ ਜਾਂਦਾ ਅੱਛਾ ਕਿ ਭਾਅ ਜੀ ਹੁੰਦਲ ਅਜੀਤ ਹੁੰਦਲ ਨੇ ਉਹਨਾਂ ਨੇ ਪਹਿਲਾਂ ਮੈਨੂੰ ਟੀ ਵੀ 'ਤੇ ਪੁੱਛਿਆ ਕਿ ਇਹ ਆਈਡੀਆ ਕਿੱਥੋਂ ਆਇਆ ਤੁਹਾਡਾ ਪੰਜਾਬੀ ਦੀਆਂ ਲਾਈਨਾਂ ਨੇ ਜੀ ਕਿ ਉੱਪਰੋਂ ਦੀ ਲੰਘ ਗਿਆ ਉਮਰਾਂ ਦਾ ਕਾਫਲਾ ਥੱਲਿਓਂ ਦੀ ਲੰਘ ਗਿਆ ਨੀਰ
ਨਾ ਅਸੀਂ ਹਾਣੀਆਂ ਦੇ ਨਾ ਅਸੀਂ ਪਾਣੀਆਂ ਦੇ ਸਾਡੀ ਪੁੱਲਾਂ ਦੇ ਤੱਕੀ ਸੋ ਮੇਰੀ ਉਮਰ ਚੰਦ ਮਹੀਨਿਆਂ ਨੂੰ 57 ਹੋ ਜਾਣੀ ਹੈ ਅਤੇ ਜ਼ਿੰਦਗੀ ਦੇ ਕੁਛ ਪਹਿਲੂ ਹੁੰਦੇ ਨੇ ਜਿਹਨੂੰ ਤੁਸੀਂ ਤਰਜੀਹ ਦਿੰਦੇ ਹੋ ਇੱਕ ਤਾਂ ਹੁੰਦਾ ਪੈਸ਼ਨ ਆਈ ਫੀਲ ਕਿ ਐਵਰੀ ਇੰਡੀਵਿਜੁਅਲ ਹੈਜ਼ ਅ ਰਾਈਟ ਟੂ ਪਰਸੂ ਦ ਪੈਸ਼ਨ ਜੇ ਨਹੀਂ ਕਰਦਾ ਤਾਂ ਬਹੁਤ ਵੱਡਾ ਉਹ ਆਪਣੇ ਆਪ ਨਾਲ ਦਗਾ ਅਤੇ ਧੋਖਾ ਕਰ ਰਿਹਾ ਸੋ ਇੱਕ ਪੈਸ਼ਨ ਹੈ ਮੇਰਾ ਬੋਲਣਾ ਦੂਸਰੀ ਇਹ ਫੀਲ ਕੀਤਾ ਗਿਆ ਕਿ ਵਾਸ਼ਿੰਗਟਨ ਡੀ ਸੀ ਜਿਹਨੂੰ ਮੈਂ ਅਕਸਰ ਕਹਿੰਦਾ ਦੁਨੀਆ ਦੇ ਰਾਜ 'ਤੇ ਨਹੀਂ ਹੈ ਇੱਥੇ ਇੱਕ ਵੈਕਿਊਮ ਸੀਗਾ ਸਾਡਾ ਚੜ੍ਹਦਾ ਰਹਿੰਦਾ ਪੰਜਾਬ ਇੰਡੀਆ ਪਾਕਿਸਤਾਨ ਸਾਡੀਆਂ ਕਮਿਊਨਿਟੀਜ਼ ਨੇ ਇੱਕ ਮੀਡੀਆ ਹੈ ਨਹੀਂ ਸੀ ਸਾਨੂੰ ਰੈਪ੍ਰਜੈਂਟ ਕਰਦਾ ਜਿਹੜਾ ਕਿ ਇੰਡੀਪੈਂਡੈਂਟ ਸੋਚ ਰੱਖਦਾ ਹੋਵੇ ਸੋ ਉਹ ਚੀਜ਼ ਨੂੰ ਰੱਖ ਕੇ ਦਿਮਾਗ ਦੇ ਵਿੱਚ ਕਿ ਐਸਾ ਇੱਕ ਪਲੈਟਫਾਰਮ ਨਹੀਂ ਹੈ ਜਿਹਦੇ ਵਿੱਚ ਵਿਊਜ਼ ਹਰੇਕ ਆਪਣੇ ਰੱਖੇ ਜੇ ਤੁਹਾਨੂੰ ਵਿਊਜ਼ ਪਸੰਦ ਨੇ ਉਹਦੀ ਸ਼ਲਾਘਾ ਕਰੋ ਜੇ ਨਹੀਂ ਤਾਂ ਹੈਲਥੀ ਕ੍ਰਿਟੀਸਿਜ਼ਮ ਕਰਨੀ ਹੈ ਕਿਸੇ ਨੂੰ ਆਪਾਂ ਨੀਵਾਂ ਨਹੀਂ ਲਾਉਣਾ ਸੋ ਮੇਰਾ ਵਾਅਦਾ ਐਸ ਬੀਇੰਗ ਵਨ ਆਫ ਦ ਡਾਇਰੈਕਟਰਸ ਕਿ ਮਾਈ ਟੀਵੀ ਨਾ ਕਿਸੇ ਇੱਕ ਸੋਚ ਦੇ ਅਧੀਨ ਕਦੀ ਆਏਗਾ ਨਾ ਕਿਸੇ ਇੰਡੀਵਿਜੁਅਲ ਦੇ ਅਧੀਨ ਆਏਗਾ ਅਤੇ ਨਾ ਕਿਸੇ ਪਾਰਟੀ ਦੇ ਅਧੀਨ ਆਏਗਾ ਤੀਸਰਾ ਅਸੀਂ ਸਾਰੇ ਆਪਣੀ ਆਈਡੈਂਟੀ 'ਤੇ ਅੱਜ ਬਹੁਤ ਕੰਮ ਕਰ ਰਹੇ ਹਾਂ ਕਿ ਅਮੈਰੀਕਨਸ ਦੀ ਦੁਨੀਆਂ ਨੂੰ ਪਤਾ ਲੱਗੇ ਕੀ ਹੈ ਸੋ ਵੀ ਮਨ ਦੇ ਵਿੱਚ ਖਿਆਲ ਆ ਗਿਆ ਯਾਰ ਵਾਟ ਐਨ ਓਪਰਚੁਨਿਟੀ ਜਸਟ ਇਮੈਜਿਨ ਕਿ ਅੱਜ ਤੋਂ ਚੰਦ ਮਹੀਨੇ ਦੇ ਵਿੱਚ ਮਾਈ ਟੀਵੀ ਜੋ ਤੁਹਾਡਾ ਟੀਵੀ ਹੈ ਉਹਨਾਂ ਦੇ ਐਂਕਰ ਆਰ ਇੰਟਰਵਿਊਇੰਗ ਦ ਕਾਂਗਰਸਮੈਨ ਐਂਡ ਸੈਨੇਟਰਸ ਸਾਡਾ ਕੋਈ ਸਿੱਖ ਬੱਚਾ ਹੈ ਸਾਡਾ ਕੋਈ ਹਿੰਦੂ ਬੱਚਾ ਸਾਡਾ ਮੁਸਲਮਾਨ ਬੱਚਾ ਐਟਲੀਸਟ ਇੱਕ ਰਸਤਾ ਖੁੱਲ੍ਹੇਗਾ ਐਂਡ ਦੈਟ ਵਿਲ ਸੈਟ ਦੀ ਐਗਜ਼ਾਮਪਲ ਫੋਰ ਅਦਰ ਯੰਗਸਟਰਸ ਜੁਆਇਨ ਦਾ ਮੀਡੀਆ ਫੀਲਡ ਸੋ ਇਹ ਕਾਫੀ ਦੋ ਚਾਰ ਗੱਲਾਂ ਮੈਂ ਛੁੱਟੀਆਂ ਕਰਦਾ ਹੋਰ ਬੜਾ ਕੁਛ ਹੈ ਬਟ ਇਸ ਚੀਜ਼ ਨੂੰ ਰੱਖ ਕੇ ਅਸੀਂ ਤੁਰੇ ਸੀ ਪਹਿਲਾਂ ਅਸੀਂ ਸ਼ੋਅ ਕੀਤਾ ਸੀ ਅੱਜ ਕੱਲ੍ਹ ਫਰਵਰੀ 12, 2017 ਅਤੇ ਉਸ ਆਪਣੇ ਵੀਰ ਦੇ ਸਟੂਡੀਓ ਤੋਂ ਸਾਡਾ ਟੀਚਾ ਸੀਗਾ ਕਿ ਇੱਕ ਸਾਲ ਦੇ ਵਿੱਚ ਸਟੂਡੀਓ ਸ਼ੁਰੂ ਕਰਨਾ ਜਿਹੜਾ ਕਿ ਵੀ ਆਲ ਨੋ ਕਿ ਮੇਰੀ ਬੇਟੀ ਦੇ ਵਿਆਹ ਕਰਕੇ ਸਾਡੇ 4 ਮਹੀਨੇ ਜ਼ਰੂਰ ਬੈਕ ਐਂਡ ਫੋਰਥ ਲਿਆ ਜਾਂਦੇ ਲੱਗ ਗਏ ਨੇ ਪਰ ਚਲੋ ਅੱਜ ਉਹ ਵਕਤ ਆਇਆ ਤੁਹਾਡੇ ਸਾਰਿਆਂ ਦੇ ਹੌਸਲੇ ਸਦਕਾ ਤੁਹਾਡੇ ਪਿਆਰ ਸਦਕਾ ਤੁਹਾਡੀ ਸਪੋਰਟ ਸਦਕਾ ਕਿਉਂਕਿ ਮੋਰਲ ਸਪੋਰਟ ਇਜ਼ ਦੀ ਮੋਸਟ ਇੰਪੋਰਟੈਂਟ ਸਪੋਰਟ ਕਹਿੰਦੇ ਨਾ ਮੁਰਦੇ ਨੂੰ ਖੜਾ ਕਰ ਦਿੰਦੀ ਹੈ ਜੇ ਤੁਸੀਂ 4 ਲਫ਼ ਸਹੀ ਬੋਲਦੇ ਹੋ ਆ ਕੇ ਕੋਲ ਵੀ ਸੋ ਅੱਜ ਅਸੀਂ ਇੱਥੇ ਪਹੁੰਚੇ ਹਾਂ ਜੀ ਪਰ ਮੈਨੂੰ ਖੁਸ਼ੀ ਹੈ ਕਿ ਸਾਡੀ ਕਮਿਊਨਿਟੀ ਦੀਆਂ ਕੁਛ ਸ਼ਿਸ਼ਤਾਂ ਇੱਥੇ ਰਹੀਆਂ ਨੇ ਮੈਂ ਚਾਹਾਂਗਾ ਕਿ 2-2 ਮਿੰਟ ਜ਼ਰੂਰ ਤੁਸੀਂ ਆ ਕੇ ਲਓ ਆਪਣੇ ਵਿਚਾਰ ਦਿਓ ਆਪਣੇ ਇਨਪੁੱਟਸ ਦਿਓ ਦੈਟਸ ਵੈਰੀ ਇੰਪੋਰਟੈਂਟ ਕਿਉਂਕਿ ਕਈ ਵਾਰੀ ਜਿਹੜੇ ਤੁਸੀਂ ਬਾਹਰੋਂ ਨਾ ਯੂ ਹੈਵ ਮੋਰ ਟੂ ਆਫਰ ਟੂ ਅਸ ਦੈਨ ਵੋ ਵੀ ਨੋ ਕਿ ਅਸੀਂ ਕੀ ਕਰਨਾ ਅਸੀਂ ਉਹ ਦਾਇਰੇ ਦੇ ਵਿੱਚ ਹੀ ਫਸ ਜਾਂਦੇ ਹਾਂ ਮੈਂ ਹੁਣ ਤੁਸੀਂ ਯਕੀਨ ਕਰੋ ਕਿ ਪੈਸ਼ਨ ਦੀ ਗੱਲ ਕਰਦਾ ਕਿ ਮੈਂ ਓਹਾਇਓ 'ਚ ਮੇਰੇ ਬਿਜ਼ਨਸਿਸ ਨੇ ਮੈਂ ਉੱਥੋਂ ਤੁਰਦਾ ਫਰਾਈਡੇ ਨੂੰ ਆਈ ਲੀਵ ਅਬਾਊਟ 10 o'clock ਆਈ ਗੈਟ ਹੇਅਰ ਅਬਾਊਟ 4 o'clock ਔਰ ਕਈ ਵਾਰੀ 10 ਮਿੰਟ ਮਿਲਦੇ ਨੇ ਸੋਫੇ 'ਤੇ ਬਹਿ ਕੇ ਇੱਕ ਛੋਟਾ ਜਿਹਾ ਕੋਈ ਨੈਪ ਮੈਂ ਉਹਨੂੰ ਰਿਕਵਰ ਕਰ ਲਈ ਅਤੇ ਨਾਲ ਹੀ ਮੇਰੇ ਅੰਦਰਲੇ ਪਾਸੇ ਮੇਰੀ ਪੈਂਟਰੀ ਹੈ ਉਹਦੇ 'ਚ ਵੜ ਜਾਂਦਾ ਉੱਥੇ ਤਿਆਰ ਹੋ ਕੇ ਅਤੇ ਮੈਂ ਸ਼ੋਅ 'ਤੇ ਆ ਕੇ ਬਹਿ ਜਾਂਦਾ ਕਿਉਂਕਿ ਦਾ ਸ਼ੋਅ ਮਸਟ ਗੋ ਆਨ ਸ਼ੋਅ ਹੈਜ਼ ਟੂ ਗੋ ਆਨ ਜਿਹੜੀ ਰਫਤਾਰ ਹੈ ਜਿਹੜੀ ਸਾਡੀ ਸਪੀਡ ਹੈ ਅਗਰ ਉਹਨੂੰ ਮੇਨਟੇਨ ਕਰਨਾ ਜੋ ਗੋਲਸ ਨੇ ਉਹਨਾਂ ਨੂੰ ਅਸੀਂ ਅਕੋਪਲਿਸ਼ ਕਰਨਾ ਦੈਨ ਵੀ ਹੈਵ ਟੂ ਗੋ ਆਰ ਐਫਰਟਸ ਇਨ ਸੋ ਲੈਗੇਸੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਅਸੀਂ ਸਾਰੇ ਇੱਕ ਰਸਤਾ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਕਮਿਊਨਿਟੀ ਦੇ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਹਾਡੇ ਪਿਆਰ ਦੀ ਲੋੜ ਹੈ ਔਰ ਮੈਨੂੰ ਕੋਈ ਸ਼ੱਕ ਨਹੀਂ ਇਹਦੇ 'ਚ ਆਈ ਹੈਵ ਨੋਨ ਮੋਸਟ ਆਫ ਯੂ ਫੋਰ ਮੈਨੀ ਈਅਰਸ ਤੁਹਾਡਾ ਹਰ ਕਦਮ ਮੇਰੇ ਨਾਲ ਚੱਲਿਆ ਬੜਾ ਹੀ ਉਸਾਰੂ ਰਿਹਾ ਔਰ ਅੱਜ ਤੁਹਾਡਾ ਇੱਥੇ ਪਹੁੰਚਣਾ ਆਪਣੇ ਆਪ 'ਚ ਅਸੀਂ ਦਿਖਵਾਈ ਹੈ ਕਿ ਯੂ ਆਰ ਵਿਦ ਮੀ ਵਿਦ ਮਾਈ ਟੀਵੀ ਐਂਡ ਵਿਦ ਪੋਡਕਾਸਟ ਥੈਂਕ ਯੂ ਵੈਰੀ ਮੱਚ ਲੈਟ ਮੀ ਵੈਲਕਮ ਯੂ ਥੈਂਕ ਯੂ ਵੈਰੀ ਮੱਚ ਜੀ ਮੈਂ ਚਾਹਾਂਗੀ ਕਿ ਕੁਲਦੀਪ ਗਿੱਲ ਹਮੇਸ਼ਾ ਲੁਕ ਕੇ ਰਹਿੰਦੇ ਨੇ ਆਈ ਨੋ ਉਹ ਸਾਰੇ ਪਿੱਛੋਂ ਹੀ ਕਰ ਰਹੇ ਨੇ ਕਿ ਜਿਹੜੇ ਗੈਸਟ ਆਏ ਨੇ ਉਹਨਾਂ ਨੂੰ ਬੁਲਾਵਾਂ ਲੇਕਿਨ ਮੈਂ ਚਾਹਾਂਗੀ ਕਿ ਜਿਹੜਾ ਟੈਲੈਂਟ ਦੀ ਗੱਲ ਕਰ ਰਹੇ ਹਾਂ ਅਤੇ ਘਰ ਤੋਂ ਹੀ ਸ਼ੁਰੂਆਤ ਹੁੰਦੀ ਹੈ ਪਲੀਜ਼ ਕਮ ਜੁਆਇਨ ਮੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਵਾਲੇਕੁਮ ਥੈਂਕ ਯੂ ਦਿਸ ਇਜ਼ ਦਾ ਓਨਲੀ ਥਿੰਗ ਓਨਲੀ ਬੈਸਟ ਵਰਡ ਵਿਚ ਆਈ ਹੈਵ ਫੋਰ ਯੂ ਟੂ ਸੇ ਥੈਂਕ ਯੂ ਤੁਹਾਡੇ ਸਪੋਰਟ ਤੋਂ ਬਗੈਰ ਅਸੀਂ ਕਿਤੇ ਵੀ ਨਹੀਂ ਜਾ ਸਕਦੇ ਤੁਸੀਂ ਹੋ ਅਤੇ ਅਸੀਂ ਹਾਂ
ਸਾਡੇ ਬਜ਼ੁਰਗ ਸਾਡੇ ਨਾਲ ਨੇ, ਸਾਡੇ ਬੱਚੇ ਸਾਡੇ ਨਾਲ ਨੇ, ਸਾਡੇ ਸੁਪਰ ਸਟਾਰ ਸਾਡੇ ਨਾਲ ਨੇ, ਹੋਰ ਸਾਨੂੰ ਵਿੱਚ ਜਿੰਨੀ ਖੁਸ਼ੀ ਮੈਨੂੰ ਅੱਜ ਹੋ ਰਹੀ ਹੈ ਇਹਦਾ ਅੰਦਾਜ਼ਾ ਕਰਨਾ ਬੜਾ ਮੁਸ਼ਕਿਲ। ਮੈਂ 40 ਸਾਲ ਤੋਂ ਇਸ ਸ਼ਹਿਰ ਦੇ ਵਿੱਚ ਰਹਿ ਰਿਹਾ, ਪਰ ਐਸਾ ਜਜ਼ਬਾ ਮੈਂ ਅੱਜ ਪਹਿਲੀ ਵਾਰੀ ਦੇਖਿਆ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਔਰ ਇਹ ਜਿਹੜਾ ਮਾਈ ਟੀ ਵੀ ਹੈ, ਇਟ ਇਜ਼ ਮਾਈ ਟੀ ਵੀ ਆਲਸੋ, ਇਟ ਇਜ਼ ਯੋਰ ਟੀ ਵੀ। ਸਾਨੂੰ ਇਕੱਠੇ ਰਹਿ ਕੇ ਕੰਮ ਕਰਨਾ ਚਾਹੀਦਾ। ਮੈਂ ਦੇਖਿਆ ਕਿ ਲੋਕ ਕੰਮ ਸ਼ੁਰੂ ਕਰਦੇ ਨੇ, ਫਿਰ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ, ਪਰ ਮੇਰਾ ਤੁਹਾਨੂੰ ਸਾਰਿਆਂ ਨੂੰ ਮਸ਼ਵਰਾ ਇਹੀ ਹੋਏਗਾ ਕਿ ਪਲੀਜ਼ ਪਿਆਰ ਮੁਹੱਬਤ ਨਾਲ ਇਹਨੂੰ ਅੱਗੇ ਵਧਾਓ, ਔਰ ਜਿੰਨਾ ਕੁਝ ਮੇਰੇ ਕੋਲੋਂ ਹੋ ਸਕੇਗਾ ਮੈਂ ਹਾਜ਼ਰ। ਮੈਂ ਤੁਹਾਨੂੰ ਇੱਕ ਤੋਹਫ਼ਾ ਦਿੱਤਾ ਹੈ, ਉਮਰ ਫਾਰੂਕ ਦੀ ਤੁਹਾਡੇ ਕੋਲ ਹੈਗਾ, ਐਂਡ ਮੋਨੀ ਐਂਡ ਕੁਲਦੀਪ ਜੀ, ਸਕਾਈ ਇਜ਼ ਦ ਲਿਮਿਟ। ਥੈਂਕ ਯੂ ਸੋ ਮਚ, ਗੋਡ ਬਲੈਸ ਯੂ। ਲਓ ਜੀ, ਬਹੁਤ ਸੋਹਣਾ ਸੋਹਣਾ ਸਾਰੇ ਬੋਲਦੇ ਨੇ, ਔਰ ਦੇਖੋ ਫਰਕ, ਪੰਜਾਬੀ ਉਹਨਾਂ ਨੇ ਵੀ ਪੰਜਾਬੀ ਬੋਲੀ ਔਰ ਅਸੀਂ ਵੀ ਪੰਜਾਬੀ ਬੋਲੀ, ਬਿਲਕੁਲ ਇੱਕੋ ਜਿਹੀ ਪੰਜਾਬੀ ਸਾਊਂਡ ਕੀਤੀ, ਰਾਈਟ? ਬਿਲਕੁਲ ਫਰਕ ਇਹ ਪਤਾ ਚੱਲਿਆ ਕਿ ਜੀ ਅਸੀਂ ਕੋਈ ਵੱਖਰੇ ਦੇਸ਼ ਤੋਂ ਹੈਗੇ ਹਾਂ, ਬਿਲਕੁਲ ਇੱਕ ਜ਼ਬਾਨ ਲੱਗੀ। ਔਰ ਹੁਣ ਮੈਂ ਚਾਹਾਂਗੀ ਸਾਡੇ ਵੱਡੇ ਵੀ ਇੱਕ ਹੋਰ ਇੱਥੇ ਬੈਠੇ ਨੇ, ਸੁਰਿੰਦਰ, ਡਾਕਟਰ ਸੁਰਿੰਦਰ ਗਿੱਲ, ਪਲੀਜ਼ ਸਾਨੂੰ ਦੋ ਲਫ਼ਜ਼ ਸਾਂਝੇ ਕਰੋ ਸਾਡੇ ਨਾਲ, ਹਲੇ ਜਾਇਓ ਨਾ ਕਿਉਂਕਿ ਜਿਹੜੀ ਸਾਡੀ ਪੂਰੀ ਟੀਮ ਹੈ ਉਹਨਾਂ ਨੂੰ ਹਲੇ ਇੰਟਰੋਡਿਊਸ ਕਰਾਉਣਾ ਤੁਹਾਡੇ ਸਾਰਿਆਂ ਨਾਲ। ਅੱਜ ਦੇ ਸਮਾਗਮ ਵਿੱਚ ਜੁੜੀਆਂ ਮਹਾਨ ਸ਼ਖਸੀਅਤਾਂ ਮੈਂ ਇਕੱਲੇ ਇਕੱਲੇ ਨੂੰ ਨਿੱਜੀ ਤੌਰ 'ਤੇ ਵੀ ਜਾਣਦਾ ਹੈ। ਸੋ ਸਭ ਤੋਂ ਪਹਿਲਾਂ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਨੂਰ ਨਬੀ ਜੀ ਅਤੇ ਹਾਜ਼ਰੀਨ, ਮੇਰੇ ਇਸ ਮਾਈ ਟੀ ਵੀ ਨਾਲ ਇਸ ਪਰਿਵਾਰ ਨਾਲ ਦੋ ਰਿਸ਼ਤੇ ਹੈ। ਸੋ ਇੱਕ ਰਿਸ਼ਤਾ ਬੀਇੰਗ ਏ ਗਿੱਲ, ਦੂਸਰਾ ਮੀਡੀਆ ਦਾ ਰਿਸ਼ਤਾ ਹੈ। ਸੋ ਸਭ ਤੋਂ ਪਹਿਲਾਂ ਮੈਂ ਵਧਾਈ ਦਿਆਂਗਾ ਗਿੱਲ ਪਰਿਵਾਰ ਨੂੰ ਔਰ ਹਾਜ਼ਰੀ ਨੂੰ ਕਿ ਇਸ ਤਰ੍ਹਾਂ ਦਾ ਨਾਂ ਚੁਣਿਆ ਹੈ ਕਿ ਜਿਹੜਾ ਕੋਈ ਵੀ ਨਹੀਂ ਕਹਿ ਸਕਦਾ ਵੀ ਇਹ ਮੇਰਾ ਟੀ ਵੀ ਨਹੀਂ, ਹਰ ਕੋਈ ਕਹਿ ਵੀ ਮੇਰਾ ਟੀ ਵੀ ਹੈ। ਸੋ ਕਹਿਣ ਦਾ ਭਾਵ ਹੈ ਵੀ ਬਹੁਤ ਅੱਛਾ ਨਾਂ ਰੱਖਿਆ ਹੈ ਔਰ ਇਹ ਬੁਲੰਦੀਆਂ ਛੋਏਗਾ, ਔਰ ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਕਿ ਜਿਸ ਤਰ੍ਹਾਂ ਦੂਸਰੇ ਟੀ ਵੀ ਚੱਲਦੇ ਹੈ ਉਸੇ ਤਰ੍ਹਾਂ ਵਾਸ਼ਿੰਗਟਨ ਡੀ ਸੀ ਦਾ ਇਹ ਪਹਿਲਾ ਟੀ ਵੀ ਬਣੇਗਾ, ਇਹ ਅੱਜ ਮੈਂ ਵਾਅਦਾ ਤੁਹਾਨੂੰ ਕਰਦਾ ਹਾਂ। ਇਸ ਸੰਬੰਧ ਵਿੱਚ ਅਸੀਂ ਪਿਛਲੇ 2-3 ਦਿਨ 'ਚ ਕਾਫੀ ਲੰਬੀ ਡਿਸਕਸ਼ਨ ਹੋਈ ਹੈ, ਪਲੈਨਸ ਬਣ ਚੁੱਕੀਆਂ ਹੈ, ਔਰ ਆਸ ਕਰਦੇ ਕਿ ਤੁਹਾਡਾ ਪੋਜ਼ੀਟਿਵ ਸਹਿਯੋਗ ਹੋਵੇ ਅਤੇ ਇਹ ਟੀ ਵੀ ਬਹੁਤ ਜਲਦੀ ਤੁਹਾਡੇ ਲਈ ਇੱਕ ਇਹੋ ਜਿਹਾ ਸਰੋਤ ਹੋਵੇਗਾ ਜਿੱਥੋਂ ਤੁਸੀਂ ਆਪਣੀਆਂ ਮੁਸ਼ਕਲਾਂ ਔਰ ਆਪਣੇ ਉਹਨਾਂ ਮੁਸ਼ਕਲਾਂ ਦੇ ਹੱਲ ਜਿਹੜੇ ਹੈ ਉਹ ਕਰ ਸਕੋਗੇ। ਸੋ ਸਮਾਂ ਜ਼ਿਆਦਾ ਨਾ ਲੈਂਦਾ ਹੋਇਆ ਖਿਮਾ ਦਾ ਜਾ ਚੁੱਕਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਟੀਮ ਨਾਲ ਤਾਂ ਗੱਲ ਅਸੀਂ ਖੈਰ ਸਾਨੂੰ ਤੁਸੀਂ ਵੇਖ ਹੀ ਲੈਂਦੇ ਹੋ, ਅਸੀਂ ਜਿਹੜੇ ਵੀ ਸਪੀਕਰ ਹੈਗੇ ਹਾਂ ਮਾਈ ਟੀ ਵੀ ਦੇ, ਹਰ ਹਫ਼ਤੇ ਤੁਹਾਨੂੰ ਆਪਣੀ ਆਵਾਜ਼ ਦੇ ਨਾਲ ਦੀ ਹਾਲ ਕਰਦੇ ਹਾਂ, ਇਹ ਕਹਾਂਗੇ ਆਪਣੇ ਮੂੰਹ ਮੀਆਂ ਮਿੱਠੂ ਕਹਿੰਦੇ ਨਾ, ਬਾਕੀ ਬਾਕੀ ਬਾਅਦ 'ਚ ਕਰਨਗੇ, ਕਿਉਂਕਿ ਸਾਨੂੰ ਇੰਨਾ ਕੋਨਫੀਡੈਂਸ ਹੈਗਾ ਸਾਡੀ ਟੀਮ 'ਤੇ, ਸਾਨੂੰ ਪਤਾ ਹੈ ਕਿ ਵੀ ਹੈਵ ਦੀ ਟੈਲੈਂਟ, ਵੀ ਹੈਵ ਦਾ ਬੈਸਟ ਪੀਪਲ ਇਨ ਆਰ ਹਾਊਸ। ਸੋ ਉਹਨਾਂ ਨਾਲ ਇੰਟਰੋਡਕਸ਼ਨ ਮੈਂ ਬਹੁਤ ਜਲਦ ਕਰਾਵਾਂਗੀ, ਵਾਰ ਵਾਰ ਕਹਿ ਰਹੀ ਹਾਂ ਕਿਉਂਕਿ ਇੱਧਰ ਉੱਧਰ ਨਿਕਲਣਾ ਜਾਣ ਖਾਣ ਪੀਣ ਲਈ। ਸੋ ਸਟੇ ਹੇਅਰ ਆਲ ਦੀ ਹੋਸਟ ਐਂਡ ਆਲ ਦੀ ਟੀਮ ਮੈਂਬਰ ਪਲੀਜ਼। ਹੁਣ ਮੈਂ ਚਾਹਾਂਗੀ ਕਿ ਹੁੰਦਰ ਸਾਹਿਬ ਪਲੀਜ਼ ਸਾਨੂੰ ਆ ਕੇ ਦੋ ਲਫ਼ ਸਾਂਝੇ ਕਰੋ। ਥੈਂਕ ਯੂ ਜੀ। ਪਾਪਾ ਤੇਰਾ ਮੁਬਾਰਕ ਹੈ ਤਸ਼ਰੀਫ ਲਾਣੇ ਵਾਲੇ, ਆਉਣ ਦੀ ਗੱਲ ਕੀਤੀ ਹੈ, ਵੈਲਕਮ ਗੱਲ ਕੀਤੀ ਹੈ, ਮੈਂ ਵੀ ਇਹਨਾਂ ਦਾ
एक फैमिली मैंबर मैं भी इन्हों का एक शो कर रहा इन्हों की बड़ी मेहरबानी कि मैं टाइम दे रहे हैं एक खास मुलाकात हर वीक मैं नवे नवे चेहरे तेरे सामने पेश करा करा वो कोई टीवी स्टार है वो कोई गायक है वो कोई पत्रकार है डॉक्टर है जर्नलिस्ट है जिन्हें भी खास पलंगा पुटियां उन्होंने मैं साढ़े नाल रूबरू करावगा आना तेरा मुबारक है तशरीफ लाने वाली खुशियां मना रहे हैं मिलकर सारे बड़ा खुशी का दिन है मुबारक दिन है मेरा टीवी अपना टीवी मेरा रेडियो भी नाल असी अज नूं ऑफिशियली ओपन करें और जज्बे की गल की है मैं पाक साहब का पहला इंटरव्यू भी ये गल कही सी कि अगर जो जज्बा आया तो हिम्मत आ तो हिम्मत आ तो जज्बा आया कई आए कई चले गए पर तुसी हिम्मत नहीं हारी और मैं परमात्मा अगे अरदास बेनती करांगा कि ताड़ी हिम्मत इदा ही कायम रहे ताड़ा जज्बा इदा ही कायम रहे तुसी पंजाबी पंजाबी मां बोली पंजाबीयत इस टीवी राही प्रफुल्लित भी करो ये पंजाब भी मेरा है तो वह पंजाब भी मेरा है इधर आलम तेरा है इधर जमला मेरा है ये साढ़े दो दलों की एक मलेप का साथ बने मैं ये ज़्यादा कुछ नहीं कहना तुसी समझ गए हो मेहरबानी थैंक यू लो जी हुण साडे एक होस्ट तुहाडे नाल रूबरू होए ने ते मैं चाहवांगी कि साडा जिहड़ा यंग टैलेंट है पवन पवन सिंह प्लीज आओ और दो दो सांझे करो पवन जी सानू बहुत अच्छे सब्जेक्ट लैके आ रहे हैं और इस मुद्दे की मैं खासियत अज मैनू मौका मिलिया ते मैं करना चाहवांगी जी इस बच्चे की इंग्लिश क्या बात क्योंकि अमेरिकन एक्सेंट हैगा और पंजाबी उस तो भी बा कमाल पंजाबी मैं कहांगी क्योंकि असीं शहर दे आ ਸਾਡੀ ਪੰਜਾਬੀ ਸ਼ਾਇਦ ਇੰਨੀ ਪਿਓਰ ਨਹੀਂ ਹੋਏਗੀ ਪਰ ਇਸ ਮੁੰਡੇ ਨੇ ਮੈਨੂੰ ਬਹੁਤ ਪ੍ਰਾਊਡ ਕੀਤਾ ਕਮ ਹਿਅਰ ਗਿਆਰ ਜ਼ਬਰਦਸਤ ਪੰਜਾਬੀ ਇੰਨੇ ਥੇਡ ਵਰਡ ਔਰ ਅਮੈਰੀਕਨ ਜਿਹੜੇ ਇੱਥੇ ਦੇ ਬੱਚੇ ਹੈ ਉਹ ਜਦੋਂ ਪੰਜਾਬੀ ਬੋਲਦੇ ਆ ਤਾਂ ਮੈਂ ਕਹਾਂਗੀ ਹੀ ਇਜ਼ ਦਾ ਰੋਲ ਮਾਡਲ ਸੋ ਇਹ ਮੇਰਾ ਇਸ ਕਰਕੇ ਨਹੀਂ ਕਿ ਮਾਈ ਟੀਵੀ ਦਾ ਹਿੱਸਾ ਹੈ ਲੇਕਿਨ ਆਮ ਰੀਅਲੀ ਪ੍ਰਾਊਡ ਆਫ ਹਿਮ ਲਓ ਜੀ ਤੁਹਾਡੇ ਨਾਲ ਸਾਡਾ ਪਵਨ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਭ ਰੂਹਾਂ ਦਾ ਧੰਨਵਾਦ ਕਰਦਾ ਹਾਂ ਸਭ ਸਰੀਰਾਂ ਦਾ ਜੋ ਇੱਥੇ ਚੱਲ ਕੇ ਆਏ ਨੇ ਔਰ ਬੋਲਣ ਦਾ ਤਾਂ ਪਤਾ ਨਹੀਂ ਸੀ ਕਿ ਕੀ ਬੋਲਣਾ ਪਰ ਹੁਣ ਇਹਨਾਂ ਨੇ ਬਹੁਤ ਸੋਹਣਾ ਟੋਪਿਕ ਦੇ ਦਿੱਤਾ ਜਿਹਦੇ 'ਤੇ ਦੋ ਮਿੰਟ ਜ਼ਰੂਰ ਬੋਲਾਂਗੇ ਕਿਉਂਕਿ ਜਦੋਂ ਗੱਲ ਆਉਂਦੀ ਹੈ ਪੰਜਾਬੀ ਦੀ ਤਾਂ ਉਹ ਪੰਜਾਬੀ ਜਿਹੜਾ ਸ਼ਬਦ ਹੈ ਉਹ ਇਕੱਲਾ ਚੰਗਾ ਨਹੀਂ ਲੱਗਦਾ ਅਸੀਂ ਇੱਕ ਫਰੇਜ਼ ਵਰਤਦੇ ਹਾਂ ਮਾਂ ਬੋਲੀ ਪੰਜਾਬੀ ਜਦੋਂ ਗੱਲ ਮਾਂ ਦੀ ਆ ਜਾਂਦੀ ਹੈ ਤਾਂ ਬੱਚਾ ਜਿੰਨਾ ਮਰਜ਼ੀ ਵੱਡਾ ਹੋ ਜਾਵੇ ਉਸਨੂੰ ਜਿੰਨੇ ਮਰਜ਼ੀ ਦੋਸਤ ਮਿਲ ਜਾਣ ਉਹ ਜਿੰਨਾ ਮਰਜ਼ੀ ਆਪਣੇ ਗਾਂ ਪਰਿਵਾਰਾਂ ਦੇ ਵਿੱਚ ਵਿਚਰਦਾ ਹੈ ਪਰ ਉਹ ਆਪਣੀ ਮਾਂ ਕਦੀ ਨਹੀਂ ਭੁੱਲ ਸਕਦਾ ਸੋ ਜਦੋਂ 13 ਸਾਲ ਦੀ ਉਮਰ ਦੇ ਵਿੱਚ ਇੱਥੇ ਆਇਆ ਸੀਗਾ ਤੇ ਪਿੰਡੋਂ ਆਏ ਸੀਗੇ ਤੇ ਭਾਵੇਂ ਕਿ ਅੰਗਰੇਜ਼ੀ ਮਾਧਿਅਮ ਦੇ ਵਿੱਚ ਪੜ੍ਹੇ ਸੀਗੇ ਪਰ ਤੁਹਾਨੂੰ ਪਤਾ ਵੀ ਪੇਂਡੂ ਨਿਆਣਾ ਕਿੰਨੀ ਕੁ ਵਿਚਾਰਾ ਅੰਗਰੇਜ਼ੀ ਬੋਲ ਸਕਦਾ ਸੋ ਜਦੋਂ ਦੇਖਣਾ ਪੰਜਾਬ ਦੇ ਵਿੱਚ ਵੀ ਹਰਿਮੰਦਰ ਸਾਹਿਬ ਜਾਣਾ ਅਤੇ ਬਾਹਰੋਂ ਗੋਰੇ ਆਉਣੇ ਅਤੇ ਉਹ ਬੜਾ ਚਾਅ ਹੁੰਦਾ ਹੈ ਸਾਨੂੰ ਲੋਕਾਂ ਨੂੰ ਕਿ ਗੋਰੇ ਆਏ ਵੇਖਦੇ ਹਾਂ ਸੋ ਜਦੋਂ ਬੋਲਣਾ ਉਹਨਾਂ ਨੇ ਤਾਂ ਸਮਝ ਤਾਂ ਕੁਝ ਆਉਂਦੀ ਨਹੀਂ ਸੀ ਪਰ ਇੱਕ ਮਨ ਦੇ ਵਿੱਚ ਚਾਅ ਜ਼ਰੂਰ ਆ ਜਾਂਦਾ ਸੀ ਵੀ ਸ਼ਾਇਦ ਕਦੀ ਮੈਂ ਵੀ ਐਡੀ ਸੋਹਣੀ ਅੰਗਰੇਜ਼ੀ ਬੋਲੂੰਗਾ ਸੋ ਇੱਕ ਜਿਹੜਾ ਬੱਚੇ ਦਾ ਨਿੱਘਾ ਜਿਹਾ ਸੁਪਨਾ ਸੀਗਾ ਅੰਦਰ ਦੇ ਵਲਵਲੇ ਸੀਗੇ ਜਦੋਂ ਅਮਰੀਕਾ ਪਹੁੰਚ ਕੇ ਪਰਮਾਤਮਾ ਲਾਇਆ ਆ ਅਤੇ ਨਾਲ ਦੀ ਨਾਲ ਪਰਮਾਤਮਾ ਨੇ ਇੰਨੀ ਸੂਝ ਵੀ ਦਿੱਤੀ ਸੀਗੀ ਕਿ ਜੋ ਆਪਣੀ ਮਾਂ ਬੋਲੀ ਪੰਜਾਬੀ ਆ ਜੋ ਉਹਦੀ ਇੱਜ਼ਤ ਕਰਨੀ ਹੈ ਉਹ ਨਾਲ ਉਹਨੇ ਕਣਕਾ ਪਾ ਛੱਡਿਆ ਸੋ ਮੈਂ ਕਹਾਂਗਾ ਕਿ ਵੱਡੇ ਭਾਗਾਂ ਵਾਲੇ ਆ ਕਿ ਮਾਂ ਨੇ ਸਾਨੂੰ ਨਹੀਂ ਛੱਡਿਆ ਬਾਂਹ ਭਾਵੇਂ ਕਿ ਬੱਚਾ ਬਾਂਹ ਛਡਾਉਂਦਾ ਵੀ ਆ ਪਰ ਮਾਂ ਜਿਹੜੀ ਆ ਫੜ ਕੇ ਰੱਖਦੀ ਆ ਕਿ ਇਹਦੇ ਨਿਆਣਾ ਇਹਨੂੰ ਪਤਾ ਨਹੀਂ ਹੈ ਸੋ ਜਿੱਥੇ ਸਾਨੂੰ ਅੰਗਰੇਜ਼ੀ ਬੋਲਣ ਦਾ ਚਾਅ ਜਾਂ ਮੈਂ ਸਪੈਨਿਸ਼ ਵੀ 4-5 ਸਾਲ ਕਲਾਸਿਸ ਲਈਆਂ ਨੇ ਜਿੱਥੇ ਉਹ ਬੋਲੀਆਂ ਸਿੱਖਣ ਦਾ ਚਾਅ ਸੀਗਾ ਤੇ ਮੈਂ ਕਹਾਂਗਾ ਕਿ ਜੋ ਗੁਰਦੁਆਰਾ ਸਾਹਿਬ ਸੀਗੇ ਲੋਕਲ ਉੱਥੇ ਜਿਹੜੀ ਮਾਂ ਬੋਲੀ ਪੰਜਾਬੀ ਜੋ ਆਪਣਾ ਭਾਈਚਾਰਾ ਸੀਗਾ ਉੱਥੇ ਮੇਰੀ ਮਾਂ ਬੋਲੀ ਪੰਜਾਬੀ ਨੇ ਮੇਰੀ ਬਾਂਹ ਨਹੀਂ ਛੱਡੀ ਇਹਨੇ ਕਿ ਸ਼ਬਦ ਕਹਿੰਦਾ ਹੋਇਆ ਮੈਂ ਆਪ ਸਭ ਦਾ ਸ਼ੁਕਰ ਗੁਜ਼ਾਰ ਹਾਂ ਜੇ ਕੋਈ ਲਫ਼ਜ਼ ਉੱਪਰ ਥੱਲੇ ਬੋਲਿਆ ਗਿਆ ਹੋਵੇ ਤੇ ਉਸਦੀ ਮੈਂ ਗੁਸਤਾਖੀ ਦਾ ਜਾਚਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਹੀ ਹੁਕਮ ਹੋਇਆ ਹੈ ਸਰਦਾਰ ਅਗਰਪਾਲ ਸਿੰਘ ਜੀ ਬਾਠ ਹੋਣਾ ਵੱਲੋਂ ਕਿ ਆਪਣੇ ਸ਼ੋਅ ਦੇ ਬਾਰੇ ਵੀ ਦੱਸਾਂ
ਜੋ ਤਿੰਨ ਐਪੀਸੋਡ ਕੀਤੇ ਨੇ, ਚੌਥਾ ਐਪੀਸੋਡ ਆਉਂਦੇ ਐਤਵਾਰ ਨੂੰ ਤੁਹਾਨੂੰ ਵੇਖਣ ਨੂੰ ਮਿਲੇਗਾ। ਸ਼ੋਅ ਦਾ ਨਾਮ ਹੈ ਮਾਈ ਸ਼ੋਅ ਮਾਈ ਲਾਈਫ, ਜਿਸ ਦੇ ਵਿੱਚ ਅਸੀਂ ਜ਼ਿੰਦਗੀ ਦੇ ਚੱਲਦੇ ਸਾਰੇ ਜੋ ਟੌਪਿਕ ਨੇ ਉਹਨਾਂ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੋਈ ਪੋਲੀਟੀਕਲ ਹੈ, ਹੈਲਥ ਵਾਈਜ਼ ਹੈ, ਇਕਨੋਮਿਕ ਹੈ, ਫਿਲੋਸਾਫਿਕਲ ਹੈ, ਸੋ ਜਿਹੜੇ ਵੀ ਇਸ਼ੂ ਨੇ ਉਹਨਾਂ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਔਰ ਸਰਲ ਭਾਸ਼ਾ ਦੇ ਵਿੱਚ ਅਸੀਂ ਕਰਦੇ ਹਾਂ ਤਾਂ ਕਿ ਸਾਰਿਆਂ ਨੂੰ ਸਮਝ ਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋ ਜੀ, ਸਾਡਾ ਟੈਲੈਂਟ, ਮਾਈ ਟੈਲੈਂਟ, ਰਾਈਟ? ਅਤੇ ਮੈਂ ਹੁਣ ਕਹਾਂਗੀ ਕਿ ਹੁਣ ਜਿਹੜੀ ਟੀਮ ਦੀ ਪ੍ਰਥਾ ਚੱਲ ਰਹੀ ਹੈ ਇੰਟਰੋਡਕਸ਼ਨ ਦੀ, ਅਤੇ ਮੈਂ ਇੱਕ ਨਿਊ ਟੀਮ ਮੈਂਬਰ ਡਾਕਟਰ ਜਤਿੰਦਰ ਮਾਨ ਜੀ, ਪਲੀਜ਼ ਆਓ ਔਰ ਸਾਨੂੰ ਜੁਆਇਨ ਕਰੋ, ਕਿਉਂਕਿ ਬਹੁਤ ਜਲਦ ਇਹ ਵੀ ਇੱਕ ਨਵਾਂ ਸ਼ੋਅ ਲੈ ਕੇ ਆ ਰਹੇ ਨੇ ਮਾਈ ਟੀਵੀ 'ਤੇ, ਆਫਕੋਰਸ। ਔਰ ਪ੍ਰੋਫੈਸ਼ਨਲੀ ਇਜ਼ ਅ ਡਾਕਟਰ, ਲੇਕਿਨ ਮੈਨੂੰ ਜਦੋਂ ਇਹ ਸਪੀਕਿੰਗ ਸਪੀਕਰ ਬਣਦੇ ਨੇ ਤਾਂ ਮੈਨੂੰ ਲੱਗਦਾ ਕਿ ਹਿਸਟਰੀ ਦੇ ਡਾਕਟਰ ਨੇ। ਸੋ ਅਤੇ ਹਿਸਟਰੀ ਇਸ ਕਰਕੇ ਕਿਉਂਕਿ ਮੇਰੀ ਬੇਟੀ ਹਿਸਟਰੀ ਦੀ ਬਹੁਤ ਅੱਛੀ ਔਰ ਸਮਾਰਟ ਸਟੂਡੈਂਟ ਹੈ, ਏ ਪਲੱਸ ਕਹਾਂਗੀ। ਅਤੇ ਉਹ ਜਦੋਂ ਮੈਂ ਇਹਨਾਂ ਦੀ ਗੱਲਾਂ ਸੁਣਦੀ ਹਾਂ ਅਤੇ ਮੈਨੂੰ ਬਿਲਕੁਲ ਮੇਰੀ ਧੀ ਇਹਨਾਂ 'ਚੋਂ ਜਾਪਦੀ ਹੈ ਕਿ ਵੱਡੀ ਹੋ ਕੇ ਮੇਰੀ ਬੇਟੀ ਵੀ ਡਾਕਟਰ ਬਣਨਾ ਚਾਹੁੰਦੀ ਹੈ ਅਤੇ ਮੈਨੂੰ ਆਹ ਨਜ਼ਰ ਆਉਣਾ ਉਹਦੇ 'ਚੋਂ। ਸੋ ਥੈਂਕ ਯੂ ਭਾਅ ਜੀ, ਬੀਂਗ ਰੋਲ ਮਾਡਲ। ਥੈਂਕ ਯੂ ਮੋਨੀ ਸਲੈਸ਼ ਜਤਿੰਦਰ, ਮੇਰੀ ਨਾਂ ਜਤਿੰਦਰ ਸਿੰਘ ਮਾਨ ਹੈ। ਇਹ ਸਾਡੇ ਨਾਂ ਵੀ ਸ਼ੇਅਰ ਕਰਨੇ ਆ, ਪਰ ਮੋਰ ਇੰਪੋਰਟੈਂਟਲੀ ਅਸੀਂ ਵਰਲਡ ਵਿਊ ਕਾਫੀ ਸ਼ੇਅਰ ਕਰਦੇ ਹਾਂ। ਐਨੀਵੇ ਅੱਜ ਦਾ ਮੌਕਾ ਸਾਡੇ ਵਰਲਡ ਵਿਊ ਦੀਆਂ ਗੱਲਾਂ ਕਰਨ ਦਾ ਨਹੀਂ, ਮਾਈ ਟੀ ਵੀ ਦੇ ਸਟੂਡੀਓ ਦੇ ਉਦਘਾਟਨ ਦੇ ਵਾਸਤੇ ਸਾਰਿਆਂ ਨੂੰ ਵਧਾਈਆਂ ਦੇਣਾ ਔਰ ਸਾਡੀ ਇਹ ਪੂਰੀ ਕੋਸ਼ਿਸ਼ ਹੋਏਗੀ ਕਿ ਇਹ ਟੀ ਵੀ ਅੱਜ ਜਿੰਨੀ ਸਿੱਖ ਜਗਤ 'ਚ ਜਾਂ ਜਨਰਲ ਆਡੀਅੰਸ ਨੂੰ ਜਾਣਕਾਰੀ ਹੈ, ਇਹ ਦਿਨ ਦੁੱਗਣੀ ਅਤੇ ਰਾਤ ਚੌਗਣੀ ਸੰਖਿਆ ਵਧੇਗੀ, ਨਫਰੀ ਵਧੇਗੀ। ਔਰ ਇਹ ਟੀ ਵੀ ਇੱਕ ਮੇਜਰ ਨੌਰਥ ਅਮਰੀਕਾ ਦਾ ਟੀ ਵੀ ਸਟੇਸ਼ਨ ਬਣੇਗਾ ਔਰ ਜਿਹੜੇ ਪ੍ਰਿੰਸੀਪਲ ਨਗਮੀ ਸਾਹਿਬ ਨੇ, ਡਾਕਟਰ ਗਿੱਲ ਨੇ, ਮੋਨੀ ਨੇ ਕਹੇ ਨੇ, ਉਹਨਾਂ ਦੇ ਉਹ ਇੱਕ ਇੰਚ ਵੀ ਪਿੱਛੇ ਨਹੀਂ ਹਟੇਗਾ। ਨੋਇੰਗ ਦੀਜ਼ ਪ੍ਰਿੰਸੀਪਲ, ਆਈ ਹੈਵ ਨੋ ਡਾਊਟ ਕਿ ਵੀ ਡੋਂਟ ਨੀਡ ਟੂ ਵਰੀ ਅਬਾਊਟ ਦੈਟ, ਕਿ ਕਿਸੇ ਵੱਲੋਂ ਢਿੱਲੇ ਪੈ ਜਾਣਗੇ। ਸਾਡੀਆਂ ਬੈਸਟ ਵਿਸ਼ਿਜ਼ ਇਹਨਾਂ ਦੇ ਨਾਲ ਨੇ। ਜਿਵੇਂ ਮੋਨੀ ਨੇ ਕਿਹਾ, ਡਾਕਟਰ ਤਾਂ ਮੈਂ ਹੈਗਾ, ਮੈਂ ਰਿਟਾਇਰ ਹੋ ਗਿਆ ਅਤੇ ਪਿਛਲੇ ਪੰਦਰਾਂ ਸੋਲ੍ਹਾਂ ਸਾਲ ਤੋਂ ਮੈਂ ਸਟੱਡੀ ਕਰ ਰਿਹਾ, ਕਾਫੀ ਥੈਂਕਸ ਟੂ ਦੀ ਇੰਟਰਨੈਟ ਮਟੀਰੀਅਲ ਬੜਾ ਮਿਲ ਜਾਂਦਾ, ਬਲਕਿ ਮਟੀਰੀਅਲ ਇਨਫਿਨਿਟ। ਔਰ ਆਈ ਹੈਵ ਸਪੈਂਟ, ਤੁਸੀਂ ਹੈਰਾਨ ਹੋ ਗਏ ਸ਼ਾਇਦ ਯਕੀਨ ਨਾ ਕਰੋ, ਮੇਰਾ ਜਿਹੜਾ ਫੇਵਰੇਟ ਅਮੈਰੀਕਨ ਹਿਸਟੋਰੀਕਲ ਫਿਗਰ ਥੋਮਸ ਜੈਫਰਸਨ, ਉਹਨੇ ਭਾਵੇਂ ਉਹਦੀ ਯੂਨੀਵਰਸਿਟੀ ਦੀ ਕਮੀਜ਼ ਪਾਈ ਹੋਈ। ਥੋਮਸ ਜੈਫਰਸਨ, ਉਹਦੇ ਹਿਸਟੋਰੀਅਨ ਨੇ, ਉਹਦੇ ਬਾਇਓਗ੍ਰਾਫਰ ਨੇ ਐਸਟੀਮੇਟ ਕੀਤਾ ਹੈ ਡਾਕਟਰ ਸਾਹਿਬ ਕਿ ਐਵਰੇਜ ਸਟੱਡੀ ਟਾਈਮ ਇਨ ਹਿਸ ਅਡਲਟ ਲਾਈਫ ਵਾਜ 17 hours ਪਰ ਡੇ, 17 ਘੰਟੇ ਤੋਂ ਪੜ੍ਹਦੇ ਸੀ, ਉਹ ਖਾਂਦਾ ਸੌਂਦਾ, ਪ੍ਰੈਜੀਡੈਂਸੀ ਕਿਹੜੇ ਵੇਲੇ ਕਰਦਾ ਸੀ, ਕੋਨਸਟੀਟਿਊਸ਼ਨ ਕਿਹੜੇ ਵੇਲੇ ਲਿਖ ਗਿਆ, ਉਹ ਐਡੀਸ਼ਨ। ਉਹ ਮੇਰਾ ਹੀਰੋ ਹੈ, ਮੇਰਾ ਆਈਡਲ ਹੈ। ਅੱਜ ਕੱਲ੍ਹ ਦੇ ਬੱਚੇ ਜਿਹੜੇ ਕਾਲਜਾਂ 'ਚੋਂ ਨਿਕਲ ਰਹੇ ਨੇ, ਗੱਲ ਲੰਬੀ ਹੋ ਜਾਂਦੀ, ਮੈਂ ਛੇਤੀ ਖਤਮ ਕਰਨੀ ਚਾਹੁੰਦਾ, ਉਹਨਾਂ ਨੂੰ ਇਹ ਦੱਸਿਆ ਜਾਂਦਾ ਕਿ ਥੋਮਸ ਜੈਫਰਸਨ ਵਾਜ਼ ਏ ਸਲੇਵ ਓਨਰ ਐਂਡ ਦੈਟ ਅਲੋਨ ਇਜ਼ ਇਨਫ ਟੂ ਕਿਲ ਹਿਮ, ਕਿਲ ਐਨੀ ਰਿਗਾਰਡ ਅਬਾਊਟ ਹਿਮ। ਬਲਕਿ ਇੱਥੋਂ ਤੱਕ ਕਿ ਥੋਮਸ ਜੈਫਰਸਨ ਦੀ ਯੂਨੀਵਰਸਿਟੀ ਵਿੱਚ ਪਿਛਲੇ ਸਾਲ ਪ੍ਰਪੋਜ਼ਲ ਪੈਦਾ ਕੀਤਾ ਗਿਆ, ਉਹਨਾਂ ਸਟੂਡੈਂਟ ਨੇ ਜਿਹੜੇ ਉੱਥੋਂ ਦੇ ਹੀ ਸਟੂਡੈਂਟ ਨੇ ਔਰ ਗ੍ਰੈਜੂਏਟ ਨੇ, ਅਲੂਮਨਾਈ, ਕਿ ਇੱਥੇ ਬਿਕੋਜ਼ ਹੀ ਵਾਜ਼ ਏ ਸਲੇਵ ਓਨਰ, ਥੋਮਸ ਜੈਫਰਸਨ ਦੀ ਕੋਟੇਸ਼ਨ UVA ਦੇ ਵਿੱਚ ਬੈਨ ਕਰ ਦਿੱਤੀਆਂ ਜਾਣ, ਔਰ ਉਹਦੇ ਬਾਰੇ ਮੈਂ ਤੁਹਾਨੂੰ ਬਹੁਤ ਕੁਝ ਦੱਸ ਸਕਦਾ, ਉਹ ਵਾਧੀ ਗੱਲਾਂ ਨੇ। ਅੱਜ ਤੁਹਾਨੂੰ ਸਭ ਨੂੰ ਵਧਾਈ, ਮੈਂ ਕੋਸ਼ਿਸ਼ ਕਰਾਂਗਾ ਇਹਨਾਂ ਦੇ ਪ੍ਰਬੰਧਕਾਂ ਦੇ ਇਨਸੀਜ਼ਿਆਲਮ ਮੈਨੂੰ ਵੀ ਅਸਰ ਕਰਦਾ ਕਿ ਰੈਗੂਲਰ ਪ੍ਰੋਗਰਾਮ ਕੀਤਾ ਜਾਏਗਾ ਜਿਹਦੇ ਵਿੱਚ ਕਿ ਰੈਂਡਮ ਥੋਟਸ ਨੂੰ ਮੈਂ ਦਿਆਂਗਾ, ਉਹ ਕਰਾਂਗਾ, ਅਤੇ ਹੋਪਫੁਲੀ ਯੂ ਵਿਲ ਲਾਈਕ ਮਾਈ ਥੋਟਸ ਐਂਡ ਆਈਡੀਆਸ, ਐਂਡ ਇਫ ਯੂ ਡੋਂਟ ਲਾਈਕ ਯੂ ਵਿਲ ਚੈਲੇਂਜ ਦੈਮ ਬਟ ਨਾਟ ਗੈਟ ਪਿਸਡ ਆਫ। ਥੈਂਕ ਯੂ।
ਲੋ ਜੀ ਇਸ ਤੋਂ ਪਹਿਲਾਂ ਕਿ ਸਾਡੀ ਟੀਮ ਜਿਹੜੀ ਪਲੀਜ਼ 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 ਨੋਟ ਆਮੀ ਜੀ ਬਣ ਸਕੇ ਮੈਂ ਹੁਣੀ ਬੈਠਾ ਇੱਕਦਮ ਮੈਨੂੰ ਸੋਚ ਦੇ ਆਈ ਕਿ ਮੈਂ ਕਿ ਮੈਂ ਤੁਹਾਨੂੰ ਸ਼ੇਅਰ ਜ਼ਰੂਰ ਕਰਾਂਗਾ ਗੋਲਡਨ ਟੈਂਪਲ ਦੀ ਪਹਿਲੀ ਇੱਟ ਇੱਕ ਮੁਸਲਮਾਨ ਨੇ ਰੱਖੀ ਸੀ ਜੀ ਆਮੀਨ ਅੱਜ ਮਾਈ ਟੀਵੀ ਦਾ ਇਫਤਤਾਹ ਵੀ ਮੈਂ ਅਕਸਰ ਕਹਿੰਦਾ ਹੁੰਦਾ ਕਿ ਸਾਡੇ ਪੀਰ ਵੀ ਸਾਂਝੇ ਨੇ ਮੇਰੇ ਹੀਰ ਵੀ ਸਾਂਝੇ ਨੇ ਸਾਡਾ ਬਾਬਾ ਨਾਨਕ ਵੀ ਸਾਂਝਾ ਬਾਬਾ ਸਰਦਾਰ ਵੀ ਸਾਂਝਾ ਸਾਡਾ ਦੇਵ ਵੀ ਸਾਂਝਾ ਸਾਡਾ ਮਾਨ ਵੀ ਸਾਂਝਾ ਲੋ ਜੀ ਹੁਣ ਟਾਈਮ ਆ ਗਿਆ ਜਿਹੜਾ ਸਾਡੀ ਜਿਹੜੀ ਮਾਈ ਟੀਵੀ ਦੀ ਟੀਮ ਹੈ ਉਹਨਾਂ ਨਾਲ ਇੰਟਰੋਡਕਸ਼ਨ ਸਾਰਿਆਂ ਇੱਕ ਵਾਰੀ ਆ ਜਾਣ ਸਾਰੀ ਟੀਮ ਅਤੇ ਉਸ ਤੋਂ ਬਾਅਦ ਫਿਰ ਬਾਕੀ ਜਿਹੜੇ ਸਪੀਕਰ ਹੈਗੇ ਨੇ ਮਹਿਤਾਬ ਕਾਨੋ ਜੀ ਵੀ ਇੱਥੇ ਬੈਠੇ ਨੇ ਇੱਕ ਦੋ ਹੋਰ ਮੇਰੇ ਵੀਰ ਭੈਣ ਭਰਾ ਹੈਗੇ ਨੇ ਉਹ ਸਾਡੇ ਨਾਲ ਗੱਲਬਾਤ ਸਾਂਝੀ ਕਰਨਗੇ ਆ ਗਿਆ ਪਾਲ ਪਾਠ ਸਾਹਿਬ ਪਲੀਜ਼ ਆਓ ਅਤੇ ਕੁਲਦੀਪ ਗਿੱਲ ਜਸ ਉਮਰ ਮੈਂ ਥੋੜ੍ਹੇ ਥੋੜ੍ਹੇ ਬਾਰੇ ਸਾਰਿਆਂ ਬਾਰੇ ਕੁਛ ਨਾ ਕੁਛ ਦੱਸਦੀ ਰਹਾਂ ਕਿਉਂਕਿ ਇਹ ਇੰਪੋਰਟੈਂਟ ਹੈ ਕਿ ਇੱਕ ਨੌਲੇਜ ਇੱਕ ਦੂਸਰੇ ਦੀ ਸਟਰੈਂਥ ਨੂੰ ਕਰਨਾ ਖਾਮੀਆਂ ਨੂੰ ਵੀ ਖਾਮੀਆਂ ਤੋਂ ਬਿਨਾਂ ਅਗਰ ਅਸੀਂ ਕਮੀਆਂ ਨਹੀਂ ਕੱਢਾਂਗੇ ਤਾਂ ਖੂਬੀਆਂ ਸਾਹਮਣੇ ਨਹੀਂ ਆਉਣਗੀਆਂ ਸੋ ਉਹਦੇ ਨਾਲ ਜਦੋਂ ਅਸੀਂ ਇੰਨੇ ਸਾਰੇ ਦਿਮਾਗ ਚੱਲਦੇ ਹਾਂ ਕਈ ਵਾਰੀ ਆਰਗੂਮੈਂਟਸ ਵੀ ਹੁੰਦੇ ਨੇ ਕੋਈ ਚੀਜ਼ ਅੱਛੀ ਨਹੀਂ ਵੀ ਲੱਗਦੀ ਲੇਕਿਨ ਟੀਮ ਉਹੀ ਹੈ ਜਿਹੜੀ ਇੱਕ ਦੂਜੇ ਨੂੰ ਲੈ ਕੇ ਇੱਕ ਦੂਜੇ ਦਾ ਸਮਝ ਕੇ ਇੱਕ ਦੂਜੇ ਦੀ ਗੱਲ ਸਹਾਰ ਕੇ ਅੱਗੇ ਵੱਧਦੀ ਹੈ ਸੋ ਕੁਲਦੀਪ ਗਿੱਲ ਐਂਡ ਅਗਿਆਪਾਲ ਬਾਟ ਸਾਹਿਬ ਮਾਈ ਸੈਲਫ ਅਸੀਂ ਜੀ ਮਾਈ ਟੀਵੀ ਦੇ ਕੋ-ਫਾਊਂਡਰ ਹੈਗੇ ਹਾਂ ਔਰ ਸਾਡੇ ਨਾਲ ਜਿਹੜੀ ਨਵੀਂ ਟੀਮ ਉਸ ਤੋਂ ਬਾਅਦ ਜਿਹੜਾ ਫੋਰਥ ਪਰਸਨ ਸਾਡੇ ਨਾਲ ਜੁੜਿਆ ਜਿਵੇਂ ਕਹਿੰਦੇ ਗੱਡੀ ਦੇ ਚਾਰ ਟਾਇਰ ਹੁੰਦੇ ਆ ਅਤੇ ਅਸੀਂ ਤਿੰਨ ਆਲਰੇਡੀ ਹੈਗੇ ਸੀ ਚੌਥਾ ਅਸਰ ਜਿਹਨੇ ਸਾਨੂੰ ਜੁਆਇਨ ਕੀਤਾ ਉਮਰ ਫਾਰੂਕ ਅਤੇ ਇਹ ਸਾਡੇ ਜੀ ਡਾਇਰੈਕਟਰ ਨੇ ਅਤੇ ਓਫਿਸ਼ਲੀ ਅੱਜ ਮੈਂ ਚਾਹੁੰਦੀ ਸੀਗੀ ਕਿ ਇਹਨਾਂ ਦਾ ਇੰਟਰੋਡਕਸ਼ਨ ਆਮ ਜਾਣਾ ਹੋਵੇ ਖਚ ਖਾਸ ਹੋਵੇ ਅਤੇ ਉਮਰ ਜੀ ਥੋੜ੍ਹੇ ਜਿਹੇ ਨੇੜੇ ਆ ਜਾਓ ਸਾਦਗੀ ਕਰੀਅਰ ਵਿੱਚ ਕੈਮਰਾ ਦੇ ਵਿੱਚ ਤੁਸੀਂ ਆ ਨਹੀਂ ਰਹੇ ਯਾ ਕਿਉਂਕਿ ਹੁਣ ਸ਼ਾਇਦ ਰੋਜ਼ੇ ਚੱਲ ਰਹੇ ਨੇ ਤਾਂ ਥੋੜ੍ਹੇ ਜਿਹੇ ਘੱਟ ਜਾਣਗੇ ਅਤੇ ਕੈਮਰਾ ਦੇ ਵਿੱਚ ਹਿਊਮਰ ਹੋਣਾ ਵੀ ਜ਼ਰੂਰੀ ਹੈ ਨਾਲ ਰਾਈਟ ਬਹੁਤ ਹੀ ਬਣੀ ਚਾਹੀਦੀ ਆਡੀਅੰਸ ਸੋ ਉਸ ਤੋਂ ਬਾਅਦ ਅਸੀਂ ਸਾਡੀ ਜਰਨੀ ਚੱਲੋ ਰਹੀ ਅਤੇ ਭਾਅ ਜੀ ਪਲੀਜ਼ ਜੁਆਇਨ ਅਸ ਯੂ ਆਰ ਪਾਰਟ ਆਫ ਮਾਈ ਟੀਮ ਜਤਿੰਦਰ ਭਾਅ ਜੀ ਆ ਜਾਓ ਪਲੀਜ਼ ਅਤੇ ਹੁਣ ਇਹ ਪਰਿਵਾਰ ਅਧੂਰਾ ਕਿਉਂਕਿ ਜਿਹੜੀ ਇਹ ਮਿਹਨਤ ਅਸੀਂ ਦਿਨ ਰਾਤ ਕੱਟੀ ਹੈ ਇਹ ਸਾਡੇ ਸਾਰੇ ਜਿਹੜੇ ਅਸੀਂ ਹੋਸਟ ਔਰ ਟੀਵੀ ਮੈਂਬਰ ਹੈਗੇ ਹਾਂ ਉਸ ਤੋਂ ਬਿਨਾਂ ਉਸ ਜਿਹੜੀ ਸਾਡੀ ਬੁਨਿਆਦ ਹੈ ਸਾਡੀ ਫੈਮਿਲੀ ਤੋਂ ਸਾਡੀ ਫੈਮਿਲੀ ਦੇ ਨਾਲ ਹੈ ਯੁਵਰਾਜ ਗਿੱਲ ਸਾਦਗੀ ਗਿੱਲ ਪਲੀਜ਼ ਜੁਆਇਨ ਮੀ ਐਂਡ ਅੱਗੇ ਪਾਲ ਭਾਅ ਜੀ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਜਵਾਈ ਵੀ ਮੈਂ ਕਹਾਂਗੀ ਸਾਡੇ ਘਰ ਦਾ ਹੀ ਬੱਚਾ ਹੈਗਾ ਪਲੀਜ਼ ਜੁਆਇਨ ਅਸ ਹਰਲੀਨ ਐਂਡ ਬੇਟਾ ਪਲੀਜ਼ ਕਮ ਫਾਰਵਰਡ ਪਲੀਜ਼ ਪਲੀਜ਼ ਬੋਥ ਆਫ ਯੂ ਵਿਕਰਾਜ ਸਾਦਗੀ ਕਿਉਂਕਿ ਅੱਜ ਭੈਣ ਜੀ ਸਿਰਫ ਭੈਣ ਜੀ ਦੀ ਕਮੀ ਹੈਗੀ ਹੈ She's working. She's working, ਭੈਣ ਜੀ ਨਹੀਂ ਤਾਂ ਅਸੀਂ ਆ ਪੂਰਾ ਪਰਿਵਾਰ ਹਰਾ ਭਰਾ ਪਰਿਵਾਰ ਤੁਹਾਡੇ ਸਾਹਮਣੇ ਹਾਜ਼ਰ ਹੈ ਇਹਨਾਂ ਸਾਰਿਆਂ ਤੋਂ ਬਿਨਾਂ ਇਹ ਮਾਈ ਟੀਵੀ ਕੋਈ ਮਾਈ ਟੀਵੀ ਨਹੀਂ ਕਿਉਂਕਿ ਇਹਨਾਂ ਸਾਰਿਆਂ ਦੀ ਮਿਹਨਤ ਉਹਦੇ ਵਿੱਚ ਇਹਨਾਂ ਬਿਹਾਈਂਡ ਦਾ ਸੀਨ ਹੁੰਦੇ ਆ ਲੇਕਿਨ ਇਹਨਾਂ ਦੀ ਵੀ ਸਪੋਰਟ ਬਹੁਤ ਜ਼ਰੂਰੀ ਹੁੰਦੀ ਹੈ ਸੋ ਲੋ ਜੀ ਥੈਂਕ ਯੂ ਸੋ ਮੱਚ ਈਚ ਐਂਡ ਐਵਰੀ ਵਨ ਇਹ ਮੇਰੇ ਦਿਲੋਂ ਇਹ ਕੋਈ ਪਲੈਨਡ ਨਹੀਂ ਸੀ ਲੇਕਿਨ ਇਹ ਦਿਲੋਂ ਮੇਰੇ ਸੀਗਾ ਕਿ ਇਹ ਓਪਰਚੁਨਿਟੀ ਮਿਲੀ ਹੈ ਅਤੇ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਕਮ ਹੀਅਰ ਮਾਈ ਹੈ ਕਮ ਹੀਅਰ ਲੋ ਜੀ ਅਸੀਂ ਚਾਹਾਂਗੇ ਕਿ ਅਗਰ ਕਿਸੇ ਕੋਲ ਕੈਮਰਾ ਹੈ ਤਾਂ ਜ਼ਰੂਰ ਫੋਟੋ ਖਿੱਚ ਲਓ ਕਮਲ ਭਾਜੀ ਸਤਿ ਸ਼੍ਰੀ ਅਕਾਲ ਵੈਲਕਮ ਲੇਟ ਲੇਟ ਆਏ ਹੋ ਪਰ ਕੋਈ ਗੱਲ ਨਹੀਂ ਮੈਂ ਪੂਰਾ ਟਾਈਮ ਦਾ ਪੂਰਾ ਦਿਮਾਗ ਮੇਰਾ ਹਰ ਪਾਸੇ ਚੱਲਦਾ ਮਲਟੀ ਟਾਸਕਰ ਹੈ ਸੋ ਥੈਂਕ ਯੂ ਗਾਇਸ ਇੱਕ ਰਾਊਂਡ ਆਫ ਅਪਲਾਸ ਬੋਲੇ ਅਸੀਂ ਜਦੋਂ ਵੀ ਕੋਈ ਕਰਦੇ ਨਾ ਜੀ ਗੱਲ ਅਸੀਂ ਜਜ਼ਬਾਤਾਂ ਤੋਂ ਗੱਲ ਕਰਦੇ ਵੀ ਡੋਨਟ ਪਲਾਨ ਐਨੀਥਿੰਗ ਵੀ ਜਸਟ ਡੂ ਇਟ ਐਂਡ ਦੈਟਸ ਦ ਬਿਊਟੀ ਆਫ ਦਿਸ ਟੀਮ ਕਈ ਵਾਰੀ ਇਹ ਹੁੰਦਾ ਕਿ ਟੌਪਿਕ ਵੀ ਇੱਥੇ ਆ ਕੇ ਸੋਚੀਦਾ ਵੀ ਯਾਰ ਕੀ ਬੋਲਣਾ ਚਾਹੀਦਾ ਕਿਉਂਕਿ ਆਈ ਫੀਲ ਕਿ ਉਹਦੇ 'ਚ ਜਿਹੜੀ ਤੁਹਾਡੀ ਫੀਲਿੰਗ ਆਉਂਦੀ ਹੈ ਨਾ ਜੈਨੂਇਨ ਹੁੰਦੀ ਹੈ ਕਮਲ ਭਾਜੀ ਹੁਣ ਆਏ ਨੇ
ਸੋ ਅਸੀਂ ਕੋਸ਼ਿਸ਼ ਕਰ ਰਹੇ ਕਿ ਟੈਕਨੋਲੋਜੀ ਇਸ ਹਿਸਾਬ ਦੀ ਲੈ ਕੇ ਆਈਏ ਕਿ ਸਾਡੇ ਜਿਹੜੇ ਗੈਸਟ ਕਿਤੇ ਬੈਠੇ ਨੇ ਸਾਡੇ ਨਾਲ ਫੋਨ ਰਾਹੀਂ ਜੁਆਇਨ ਕਰ ਸਕਣ। ਸੋ ਵਰਕਿੰਗ ਆਨ ਦੈਟ ਰਾਈਟ ਨਾਓ ਤਾਂ ਜੋ ਅਸੀਂ ਤੁਹਾਡੇ ਸਮੇਂ ਦੀ ਜਿਹੜੀ ਕਦਰ ਪਾਈਏ। ਵਨ ਆਫ ਦ ਰੀਜ਼ਨਸ ਵਾਈ ਵੀ ਡਿਸਾਈਡ ਟੂ ਸਟਾਰਟ ਸਟੂਡੀਓ ਹੇਅਰ, ਸਾਡੇ ਤਿੰਨਾਂ ਦੇ ਵਿੱਚੋਂ ਇੱਕੋ ਬੰਦਾ ਵਿਹਲਾ ਰਹਿੰਦਾ ਹੈ, ਆਹ ਜਿਹੜੀ ਗੱਭੇ ਹੈ, ਆਈ ਵਰਕ ਹੀ ਵਰਕਸ ਸ਼ੀ ਸਟੇਜ਼ ਆਨ, ਓਬਵੀਅਸਲੀ ਸ਼ੀ ਇਜ਼ ਬਿਜ਼ੀ। ਪਰ ਅਸੀਂ ਕੀਤਾ ਕਿ ਅਸੀਂ ਇੱਥੇ ਚੱਲ ਕੇ, ਚਲੋ ਦੋ ਦੋ ਮੇਰੇ ਜਿਹੜੇ ਦੋ ਪਾਰਟਨਰ ਨੇ ਉਹ ਤਾਂ ਇੱਥੇ ਘਰ ਬੈਠੇ ਨੇ ਹਾਂਜੀ, ਤਾਂ ਮੈਂ ਚੱਲ ਕੇ ਆਵਾਂਗਾ ਓਹਾਇਓ ਤੋਂ ਜਾਂ ਇੱਥੇ ਜਦੋਂ ਵਿਜ਼ਿਟ ਕਰਨ ਵਾਲਾ, ਬਟ ਐਟਲੀਸਟ ਸ਼ੀ ਇਜ਼ ਦੇ 24 hours 7 days a week ਲੁਕਿੰਗ ਆਫਟਰ ਦੀ ਓਪਰੇਸ਼ਨ। ਕੋਈ ਪ੍ਰੋਬਲਮ ਆਉਂਦੀ ਹੈ ਘਰ 'ਚ ਬੈਠੀ ਹੈ, ਸੋ ਸਾਨੂੰ ਗੋਡ ਵਿਲਿੰਗ ਵਾਹਿਗੁਰੂ ਅੱਲਾਹ ਤਾਲਾ ਮਿਹਰ ਕਰ ਕਿ ਨੈਕਸਟ ਈਅਰ ਤੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਇੱਕ ਵੱਡੇ ਜਿਹੜਾ ਵੇਅਰ ਹਾਊਸ ਲੈ ਕੇ ਉੱਥੇ ਇੱਕ ਬਹੁਤ ਵੱਡਾ ਸਟੋਰ ਸ਼ੁਰੂ ਕੀਤਾ ਜਾਵੇ, ਤਾਂ ਉਹ ਹੋਰ ਜਿਹੜੇ ਕਹਿੰਦੇ ਨੇ ਨਾ ਐਵਨਿਊਸ ਖੋਲ੍ਹੇਗਾ, ਹੋਰ ਸਾਡੇ ਲਈ ਰਸਤੇ ਖੋਲ੍ਹਣਗੇ। ਕਿਸੇ ਬੱਚੇ ਨੇ ਸਾਨੂੰ ਜੁਆਇਨ ਕਰਨਾ, ਕ੍ਰੈਡਿਟਸ ਲੈਣੇ ਨੇ, ਇੰਟਰਨਸ਼ਿਪ ਕਰਨੀ ਹੈ, ਉਹ ਰਿਮੋਟ ਆਨਲਾਈਨ ਟੂ ਹੈਵ ਦੈਮ ਆਨ, ਇਹ ਤੁਸੀਂ ਫਿਕਰ ਕਾਇੰਡਲੀ ਪਾਸ ਦੈਟ ਵਰਡ, ਠੀਕ ਹੈ ਜੀ, ਇਹ ਬਹੁਤ ਜ਼ਰੂਰੀ ਹੈ। ਮੈਂ ਹੁਣ ਤੁਹਾਨੂੰ ਇੰਟਰੋਡਕਸ਼ਨ ਕਰਨੀ ਚਾਹੁੰਦਾ, ਸੇਮ ਨਕਮ ਮੇਰੇ ਸਿਰ ਆ ਜਾਵੇਗਾ। ਸਿਮ ਨੂੰ ਅਸੀਂ ਜਾਣ ਕੇ ਖਿੱਚ ਰੱਖਿਆ ਕਿਉਂਕਿ ਕਹਿੰਦੇ ਚੇਲੇ ਜਿਹਨਾਂ ਦੇ ਟੱਪਣੇ ਜਾਂ ਗੁਰੂਜਨ ਦੇ ਟੱਪਣੇ ਚੇਲੇ ਜਾਣ ਛੜਾ, ਇਹ ਕੁੜੀ ਨੇ ਛੱਪ ਕਰਕੇ ਛਾਲ ਮਾਰੀ ਹੈ, ਇਹ ਮੇਰੇ ਦੋਸਤ ਦੀ ਬੇਟੀ ਹੈ ਜੀ, ਸੋ ਮੈਨੂੰ ਵੈਸੇ ਵੀ ਚੀਜ਼ ਤਾਂ ਬਹੁਤ ਪਿਆਰੀ ਹੈ। ਇਹਨੇ ਆਪਣੇ ਪੈਸ਼ਨ ਨੂੰ ਅੱਗੇ ਪਰਸੂ ਕੀਤਾ, ਸ਼ੀ ਜਸਟ ਲਾਂਚਡ ਹਰ ਫਸਟ ਸੌਂਗ, ਅਤੇ ਨਾਮ ਵੀ ਇਹਨੇ ਬੜਾ ਰੱਖਿਆ ਕੰਜੂਸ, ਪਰ ਕੰਜੂਸੀ ਨਹੀਂ ਕੀਤੀ, ਇਹਨੇ ਬਹੁਤ ਵਧੀਆ ਵੀਡੀਓ ਬਣਾਇਆ, ਬਹੁਤ ਵਧੀਆ ਗਾਇਕੀ ਦਿਖਾਈ ਹੈ, 8 lakh ਤੋਂ ਵੱਧ ਇਹਦੇ ਵਿਊਜ਼ ਆਲਰੇਡੀ ਹੋ ਚੁੱਕੇ ਨੇ, ਐਂਡ ਸਪੈਰੋ ਹੈਂਗਮੈਨ ਇਸ ਵਿਦਆਊਟ ਪੇ, ਯੈਸ, ਕਿੰਨੇ ਕਿੰਨੇ ਦਿਨਾਂ ਦੇ ਵਿੱਚ, 8 days, ਮੈਨੂੰ ਚੇਤੇ, ਮੈਂ ਓਹਾਇਓ ਤੋਂ ਆ ਰਿਹਾ ਜਦੋਂ ਇਹਦਾ, ਇਹ ਕਹਿੰਦੀ ਮੈਂ ਸੁੱਤੀ ਪਿਆ ਤਾਂ ਉੱਠੀ ਹਾਂ, ਮੈਨੂੰ ਟੈਕਸ ਆਇਆ ਜਿਸ ਕਾਰਨ ਬੰਦ ਹੋ ਰਹੇ, ਤੂੰ ਮੈਂ ਸਰਪ੍ਰਾਈਜ਼ ਕਿ ਇੰਨੇ ਹੋੜੇ ਵਿਊਜ਼ ਹੋ ਗਏ, ਲਾਂਚ ਵੀ ਹੋ ਗਏ, ਮੈਨੂੰ ਨਹੀਂ ਪਤਾ ਵੀ ਲਾਂਚ ਹੋ ਗਿਆ ਜੀ, ਅਤੇ ਮੈਨੂੰ ਕਹਿੰਦੀ ਯੂ ਥਿੰਕ ਆਈ ਕੈਨ ਬੀ ਅ ਸਟਾਰ, ਮੈਂ ਕਿਹਾ ਯੂਅਰ ਅ ਸਟਾਰ, ਮੈਂ ਕੌਣ ਹੈ ਸਟਾਰ। ਮੈਂ ਤੁਹਾਨੂੰ ਇੱਕ ਛੋਟੀ ਗੱਲ ਦੱਸਦਾ ਜੀ, ਡੈਸਟਨੀ, ਮੈਂ ਸਿੱਖ ਧਰਮ ਨੂੰ ਜਿੰਨਾ ਹੋਇਆ ਮੈਂ ਕੋਸ਼ਿਸ਼ ਕੀਤੀ ਸਟੱਡੀ ਕਰਨ, ਮੇਰੀ ਮੈਂ ਕ੍ਰਿਸਚੈਨਿਟੀ ਉਹ ਤੋਂ ਪਹਿਲਾਂ ਸਟੱਡੀ ਕੀਤੀ, ਮੇਰੇ ਕੋਲ ਆਪਣੀ ਬਾਈਬਲ ਹੁੰਦੀ ਸੀ, ਮੇਰਾ ਪੰਜਾਬ, ਮੇਰੇ ਕੋਲ ਆਪਣੀ ਕੁਰਾਨ ਸੀ ਆਪਣੇ ਨਾਂ ਦੀ, ਫਿਰ ਮੈਂ ਸਿੱਖ ਧਰਮ ਅਤੇ ਮੈਂ ਸਟਰੋਂਗ ਬਲੀਵਰ ਹੈ ਕਿ ਡੈਸਟਨੀ ਜਿਹੜੀ ਹੈ ਨਾ ਜੀ, ਆਪਾਂ ਸਾਰੇ ਲੈ ਕੇ, ਜਿਵੇਂ ਆਪਾਂ ਪੁਰਬਲੇ ਲੇਖ ਕਹਿੰਦੇ ਹਾਂ, ਆਪਾਂ ਨੂੰ ਕਹਿੰਦੇ ਵੀ ਪੁਰਾਣੇ ਕਰਮ ਨੇ, ਛੋਟੀ ਗੱਲ ਕਰਦਾ, ਆਪਾਂ ਜਿਹੜੇ ਇੱਥੇ ਬੈਠੇ ਨਾ ਜੀ, ਇੱਕ ਆਪਣੇ ਕਰਮਾਂ ਦਾ ਲਿਖਿਆ ਹੋਇਆ, ਦੈਟਸ ਵਾਈ ਯੂਜ਼ ਦ ਵਰਡ ਫੈਮਿਲੀ, ਦੈਟਸ ਵਾਈ ਵੀ ਆਰ ਹੇਅਰ, ਵੀ ਆਰ ਪਾਰਟ ਆਫ ਦੈਟ ਬਿਗ ਫੈਮਿਲੀ। ਸੋ ਤੁਹਾਡਾ ਇੱਥੇ ਆਉਣਾ, ਸਾਡੀ ਸਪੋਰਟ ਕਰਨਾ ਮੇਰੇ ਲਈ ਬਹੁਤ ਇੰਪੋਰਟੈਂਟ ਹੈ। ਸੇਮ ਵਿਲ ਬੀ ਜੁਆਇਨਿੰਗ ਅਸ, ਇਹ ਕਲਚਰ ਜਿਹੜਾ ਐਸਪੈਕਟ ਹੈ ਗਾਇਕੀ ਦਾ ਜੋ ਹੋਰ ਜਿਹੜਾ ਇਹਨੂੰ ਆਫਰ ਕੀਤੀ ਹੈ, ਆਈ ਹੋਪ ਸ਼ੀ ਟੇਕਸ ਦੈਟ ਆਫਰ ਐਂਡ ਜੁਆਇਨਸ ਅਸ ਐਜ਼ ਅ ਹੋਸਟ ਆਲਸੋ, ਅਤੇ ਰੇਡੀਓ 'ਤੇ ਅਤੇ ਟੀ ਵੀ 'ਤੇ ਵੀ ਇਹ ਆਪਣਾ ਪ੍ਰੋਗਰਾਮ ਕਰਨਾ ਚਾਹੁੰਦੀ ਹੈ, ਤਾਂ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਇਹ ਚੀਜ਼ ਵੀ ਇਹਨੂੰ ਆਫਰ ਕਰਦਾ। ਬੈਗ ਤਾਂ ਮੈਂ ਕਰਦਾ ਨਹੀਂ, ਆਰਡਰ ਕਰ ਸਕਦਾ ਵੱਡਾ ਮੈਂ, ਬਟ ਆਈ ਵੋਂਟ ਡੂ ਇਟ, ਟਾਈਮ ਜਿਵੇਂ ਲੱਗਦਾ ਇਹਨੂੰ ਸਿਸਟਮ, ਆਈ ਵੁੱਡ ਲਾਈਕ ਟੂ ਸ਼ੇਅਰ ਫਿਊ ਵਰਡਸ ਪਲੀਜ਼। ਸਤਿ ਸ਼੍ਰੀ ਅਕਾਲ ਜੀ ਸਾਰਿਆਂ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ, ਇੰਨਾ ਵੱਡਾ ਸਟੈਪ ਅਸੀਂ ਪੂਰੇ, ਮੈਂ ਵੀ ਤੁਹਾਡੀ ਟੀਮ ਦਾ ਮੈਂਬਰ, ਆਪਾਂ ਲੈਣ ਚਲੇ ਹਾਂ, ਸੋ ਪਰਮਾਤਮਾ ਦਾ ਹੱਥ ਹੈ। ਇਹਨਾਂ ਨੇ ਕਿਹਾ ਨਾ, ਜਿਵੇਂ ਵੀ ਕੋਈ ਵੀ ਕੰਮ ਕਰਨ ਲੱਗਿਆਂ ਅਸੀਂ ਇਹ ਨਹੀਂ ਸੋਚਣਾ ਵੀ ਅਸੀਂ ਲੇਟ ਹੋ ਗਏ, ਨਹੀਂ, ਹਾਂ, ਜਦੋਂ ਵੀ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਆਪਣਾ ਸੁਪਨਾ ਪੂਰਾ ਕਰ ਸਕਦੇ ਹਾਂ ਇਹਨਾਂ ਦੀ ਦੁਨੀਆਂ 'ਤੇ, ਤਾਂ ਜ਼ਰੂਰ ਕਰੋ, ਕੋਈ ਵੀ ਕੰਮ ਲੇਟ ਨਹੀਂ ਹੁੰਦਾ। ਅਤੇ ਮੈਂ ਇਸੇ ਗੱਲੋਂ ਮੈਂ ਵੀ ਸੋਚਿਆ ਕਿ ਵੀ ਜੇ ਮੈਂ ਆਪਣਾ ਸੁਪਨਾ ਪੂਰਾ ਕਰਾਂ ਤਾਂ ਮੈਨੂੰ ਗਾਉਣ ਦਾ ਸ਼ੌਕ ਸ਼ੁਰੂ ਤੋਂ ਸੀਗਾ, ਬਚਪਨ ਤੋਂ ਹੀ, ਨਾਲ ਦੀਆਂ ਕਲਾਸਾਂ ਵਾਲੇ ਮੈਨੂੰ ਟੀਚਰਸ ਸੈਟਰਡੇ ਨੂੰ ਮਿਊਜ਼ਿਕ ਪੀਰੀਅਡ ਵਾਲੇ ਦਿਨ ਬੁਲਾਉਣ ਆਉਂਦੀਆਂ ਸੀ ਕਿ ਦਿਲਜੀਤ ਨੂੰ, ਮੇਰਾ ਪੂਰਾ ਨਾਮ ਦਿਲਜੀਤ ਹੈ, ਸ਼ਾਰਮੀਨ ਸਿੰਘ ਪਿਛਲਾ, ਕਿ ਭੇਜ ਦਿਉ ਅਸੀਂ ਗਾਣੇ ਸੁਣਨੇ ਆ। ਸੋ ਉਹ ਕੰਮ ਆਪਾਂ ਫਾਈਨਲੀ, ਲਾਈਕ ਜਦੋਂ ਤੁਹਾਨੂੰ ਲੱਗਦਾ ਤੁਸੀਂ ਕਰ ਸਕਦੇ ਹਾਂ ਤਾਂ ਯੂ ਸ਼ੁੱਡ ਡੂ ਇਟ, ਉਹ ਮੌਕਾ ਛੱਡੋ ਨਾ। ਅਤੇ ਮੈਂ ਮੇਰਾ ਗਾਣਾ ਕੰਜੂਸ ਉਹਨੂੰ ਬੜਾ ਪਿਆਰ ਦਿੱਤਾ, ਜਿੱਦਾਂ ਅੰਕਲ ਜੀ ਨੇ ਬੋਲਿਆ ਕਿ
ਉਮੀਦ ਨਹੀਂ ਸੀ ਕਿ ਇੱਕ ਨਵੇਂ ਸਿੰਗਰ ਨੂੰ ਜਿਹਨੂੰ ਕੋਈ ਜਾਣਦਾ ਨਾ ਹੋਵੇ, ਇੱਕ ਵੀਕ ਪਹਿਲਾਂ ਲਾਂਚ ਹੋਇਆ ਅਤੇ 7 ਦਿਨਾਂ 'ਚ ਹੀ ਇੰਨਾ ਵਧੀਆ ਵਿਊਜ਼ ਮਿਲੇ ਨੇ। ਕੋਈ ਆਪਾਂ ਹੋਰਾਂ ਸਿੰਗਰਾਂ ਵਾਂ ਕੋਈ ਖਰੀਦੇ ਨਹੀਂ ਗਈ ਕੁਛ ਵੀ ਹੁਣ ਤੱਕ, ਜੈਨੂਇਨ ਹੈ ਅਤੇ ਮੈਂ ਉਹਦੀਆਂ ਦੋ ਲਾਈਨਾਂ ਸੁਣਾ ਲੈਂਦੀ ਹਾਂ। ਅਤੇ ਬਾਕੀ ਤੁਸੀਂ ਘਰ ਜਾ ਕੇ ਜ਼ਰੂਰ ਦੇਖਿਓ ਅਤੇ ਆਪਣੇ ਵਿਊਜ਼ ਛੱਡਿਓ, ਜੋ ਵੀ ਤੁਹਾਨੂੰ ਲੱਗਿਆ ਉਹਦੇ 'ਚ ਕੋਈ ਕਮੀ ਆ ਆਪਾਂ ਨੈਕਸਟ ਟਾਈਮ ਹੋਰ ਵਧੀਆ ਕਰਾਂਗੇ। ਅਤੇ ਰੇਡੀਓ ਟੀ ਵੀ ਨਾਲ ਜੁੜ ਕੇ ਆਪਾਂ ਹੋਰ ਵੀ ਆਪਣੀ ਕਮਿਊਨਿਟੀ ਨੂੰ ਐਂਟਰਟੇਨ ਕਰਦੇ ਰਹਾਂਗੇ। ਇਹ ਇੱਕ ਬਹੁਤ ਵਧੀਆ ਜ਼ਰੀਆ ਮਿਲ ਗਿਆ ਸਾਨੂੰ, ਸਾਡੇ ਘਰ 'ਚ ਹੀ ਮਿਲ ਗਿਆ, ਸਾਨੂੰ ਦੂਰ ਜਾਣ ਦੀ ਲੋੜ ਨਹੀਂ ਪੈਣੀ ਨਾ। ਹਾਂਜੀ, ਅਤੇ ਉਹ ਇੱਦਾਂ ਆ ਵੀ ਵਿਆਹੀ ਹੋਈ ਕੁੜੀ ਜਿਹੜੀ ਆ ਉਹ ਕਹਿੰਦੀ ਆ ਆਪਣੇ ਹਸਬੈਂਡ ਨੂੰ, ਤੂੰ ਮੇਰੀਆਂ ਰੀਝਾਂ ਨਹੀਂ ਪੂਰੀਆਂ ਕਰਦਾ, ਵੀ ਮੇਰੀ ਤੇਰੇ ਨਾਲ ਬਣਦੀ ਨਹੀਂ। ਹਾਂਜੀ, ਉਹ ਕੰਜੂਸ ਆ। ਅਤੇ ਕਹਿੰਦੇ ਸੀ ਵਿਚੋਲੇ ਮੁੰਡਾ ਸਾਊ ਹੈ ਬੜਾ, ਉਹ ਕਿਸੇ ਗੱਲ ਦੀ ਨੀ ਘਾਟ ਹੈ ਕਮਾਊ ਹੈ ਬੜਾ। ਕਹਿੰਦੇ ਸੀ ਵਿਚੋਲੇ ਮੁੰਡਾ ਸਾਊ ਹੈ ਬੜਾ, ਕਿਸੇ ਗੱਲ ਦੀ ਨੀ ਘਾਟ ਹੈ ਕਮਾਊ ਹੈ ਬੜਾ। ਸਰੀ ਚੱਲਦੇ ਟਰਾਲੇ ਆਉਂਦੇ ਆਏ ਵੀ ਕਟਾਲੇ, ਪਤਾ ਲੱਗਿਆ ਏ ਹੁਣ ਜਿੰਦ ਜਾਵੇ ਛੱਡਦੀ ਵੇ। ਤੂੰ ਸਿਰੇ ਦਾ ਕੰਜੂਸ ਚੱਟਾ ਨੀ ਰਾ ਮੱਖੀ ਜੂਸ, ਮਹਿੰਗੇ ਨਖਰੂ ਦੇ ਸ਼ੌਂਕ ਸਾਨੂੰ ਭਾਣ ਤੋਂ ਨਾ ਰੋਕ, ਸਾਡੀ ਕਹਾਣੀ ਬਣਦੀ ਵੇ। ਤੂੰ ਸਿਰੇ ਦਾ ਕੰਜੂਸ ਚੱਟਾ ਨੀ ਰਾ ਮੱਖੀ ਜੂਸ, ਮਹਿੰਗੇ ਨਖਰੂ ਦੇ ਸ਼ੌਂਕ ਸਾਨੂੰ ਭਾਣ ਤੋਂ ਨਾ ਰੋਕ, ਸਾਡੀ ਕਹਾਣੀ ਬਣਦੀ। ਹਾਂਜੀ, ਥੈਂਕ ਯੂ ਸੋ ਮਚ। ਮਾਈ ਟੀਵੀ ਤੁਹਾਡੇ ਵਾਸਤੇ ਟੈਲੈਂਟ ਲੈ ਕੇ ਆਏਗਾ, ਕਿਆ ਕਿਆ ਟੈਲੈਂਟ ਦਿਖਾ ਰਹੇ ਹਾਂ। ਅਤੇ ਮੈਂ ਹੁਣ ਰਿਕੁਐਸਟ ਕਰਾਂਗੀ ਮੇਰੇ ਵੱਡੇ ਭਰਾ ਮਹਿਤਾਬ ਸਿੰਘ ਕਾਓ, ਪਲੀਜ਼ ਕਮ ਐਂਡ ਜੁਆਇਨ ਮੀ। ਆਹ ਕੋਸ਼ਿਸ਼ ਕੀਤਾ ਕਿ ਪੋਡੀਅਮ ਇਸੇ ਕਰਕੇ ਬਣਾਇਆ ਕਿ ਤੁਸੀਂ ਇੱਥੇ ਖਲੋ ਕੇ ਗੱਲ ਕਰੋ। ਜਿਵੇਂ ਗੀਤ ਗਾ ਕੇ ਗਈ ਨਾ, ਕੰਜੂਸ 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 ਅਸੀਂ ਬਣੇ ਹਾਂ, ਕਹਿੰਦੇ ਪੋਡੀਅਮ ਦੇ $85 ਕਹਿੰਦੇ ਜੀ, ਅਸੀਂ ਕਹਿੰਦੇ ਅਸੀਂ ਆਪ ਹੀ ਬਣਾ ਲਾਂਗੇ, ਸੋ ਵੀ ਸੇਵ $85 ਜਸਟ ਦੇ। ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਜਦੋਂ ਵੀ ਅਸੀਂ ਮਾਈ ਟੀ ਵੀ ਦੀ ਗੱਲ ਕਰਦੇ ਹਾਂ, ਸੋ ਮਾਈ ਟੀ ਵੀ ਜੋਰ ਟੀ ਵੀ ਸਾਡਾ ਟੀ ਵੀ ਆਪਣਾ ਟੀ ਵੀ ਆਪਣਾ ਰੇਡੀਓ, ਅਤੇ ਜਿਹੜੀ ਇਹਦੀ ਟੈਗ ਲਾਈਨ ਹੈ ਮਨ ਜੀਤੇ ਜਗ ਜੀ। ਅਤੇ ਆਪਣੇ ਜ਼ਿਆਦਾ ਸਮਾਂ ਨਹੀਂ ਮੈਂ ਲੈਣਾ, ਇੱਕ ਗੱਲ ਜ਼ਰੂਰ ਸ਼ੇਅਰ ਕਰਾਂਗਾ ਕਿ ਜਦੋਂ ਵੀ ਅਸੀਂ ਕੋਈ ਕੰਮ ਸੱਚੇ ਮਨ ਨਾਲ ਇਮਾਨਦਾਰੀ ਨਾਲ ਮਿਹਨਤ ਨਾਲ ਕਰੀਏ ਤਾਂ ਕਾਮਯਾਬੀ ਜ਼ਰੂਰ ਮਿਲਦੀ ਹੈ। ਬੜਾ ਵੱਡਾ ਸਟੈਪ, ਕਿਉਂਕਿ ਇਹਨਾਂ ਨੇ ਬਹੁਤ ਵੱਡੇ ਵੱਡੇ ਚੈਨਲ ਜਿਹੜੇ ਆ ਉਹ ਅੰਮ੍ਰਿਤਸਰ ਚੰਡੀਗੜ੍ਹ ਬੋਂਬੇ ਬੈਠ ਕੇ ਆਪਣਾ ਕੰਮ ਕਰਦੇ, ਤਾਂ ਕਿ ਉਹਨਾਂ ਨੂੰ ਜਿਹੜੇ ਆ ਇਹਨਾਂ ਤਾਂ ਕਿ ਉਹਨਾਂ ਦੇ ਜਿਹੜੇ ਖਰਚੇ ਕੰਟਰੋਲ ਕੀਤੇ ਜਾਣ। ਅਤੇ ਇਹਨਾਂ ਨੇ ਇੱਕ ਚੰਗਾ ਸਟੈਪ ਚੁੱਕਿਆ, ਅਤੇ ਜਦੋਂ ਮੈਂ ਦੇਖਦਾ ਕਿ ਚੰਗਾ ਸਟੈਪ ਚੁੱਕ ਕੇ ਕਿਹੜੇ ਲੋਕ ਕਾਮਯਾਬ ਹੋਏ ਆ, ਅਤੇ ਜਿੱਦਾਂ ਡਾਕਟਰ ਮਾਨ ਵੀ ਗੱਲ ਕਰ ਰਹੇ ਸੀ, ਅਤੇ ਪ੍ਰਿੰਸੀਪਲ ਤੇਜਾ ਸਿੰਘ ਹੋਇਆ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ, ਅਤੇ ਉਸ ਬੰਦੇ ਦੀ ਜੇ ਉਹਨਾਂ ਦੀ ਬੁੱਕ ਲਿਖੀ ਆਪਣੀ ਆਟੋਬਾਇਓਗ੍ਰਾਫੀ ਆਰ ਸੀ, ਜੇ ਕਿਸੇ ਨੇ ਨਹੀਂ ਪੜ੍ਹੀ ਤਾਂ ਜ਼ਰੂਰ ਪੜ੍ਹਿਓ। ਜਿੱਦਾਂ ਪਵਨ ਗੱਲ ਕਰ ਰਿਹਾ ਸੀ, ਪਿੰਡ ਦੇ ਬੱਚੇ ਦੀ 3 ਕਲਾਸਾਂ ਪੜ੍ਹਨ ਤੋਂ ਬਾਅਦ, 5 ਕਲਾਸਾਂ ਪੜ੍ਹਨ ਤੋਂ ਬਾਅਦ ਉਹਦੇ ਪਰਿਵਾਰ ਨੇ ਕਿਹਾ ਕਿ ਤੂੰ ਹੋਰ ਨਹੀਂ ਪੜ੍ਹਨਾ, ਉਹਦੀ ਫੈਮਿਲੀ ਰੋਕ ਲਈ ਆ, ਅਤੇ ਉਸ ਇਨਸਾਨ ਨੇ ਘਰੋਂ ਨਿਕਲ ਕੇ ਪੜ੍ਹ ਕੇ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਜਿਹੜਾ ਕਿ ਏਸ਼ੀਆ ਦਾ ਸਭ ਤੋਂ ਵੱਡਾ ਕਾਲਜ ਹੈ ਉਹਦਾ ਪ੍ਰਿੰਸੀਪਲ ਰਿਹਾ। ਅਤੇ ਮੇਰਾ ਖਿਆਲ ਹੈ ਵੀ ਇਹ ਤੁਹਾਡੀ ਮੋਟੀਵੇਸ਼ਨ ਕਿਸੇ ਨੂੰ ਨਹੀਂ ਮਿਲ ਸਕਦੀ, ਹਮੇਸ਼ਾ ਉਹ ਦੀਆਂ ਸਖਸ਼ੀਤਾਂ ਯਾਦ ਰੱਖੀਏ, ਅਤੇ ਇਸੇ ਤਰ੍ਹਾਂ ਆਸ ਕਰਦੇ ਹਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਮਾਈ ਟੀ ਵੀ ਦੀ ਐਗਜ਼ਾਮਪਲ ਜ਼ਰੂਰ ਹੋ ਜਾਏ। ਹਾਂਜੀ ਮਨਜੀਤ, ਪਲੀਜ਼ ਆ ਜਾਓ, ਆ ਜਾਓ ਸਰ, ਆ ਜਾਓ, ਆ ਜਾਓ। ਸਾਨੂੰ ਇਹ ਨਹੀਂ ਪਤਾ ਵੀ ਅਸੀਂ ਤੁਹਾਨੂੰ ਹੀ ਐਂਕਰ ਬਣਾ ਕੇ ਅੱਗੇ ਪੇਸ਼ ਕਰ ਦੇਣਾ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਵੈਰੀ ਮੱਚ ਫੋਰ ਇਨਵਾਈਟਿੰਗ ਮੀ, ਐਂਡ ਆਈ ਵੁੱਡ ਲਾਈਕ ਟੂ ਵਿਸ਼ ਮਾਈ ਹਾਰਟਫੈਲਟ ਕੰਗ੍ਰੈਚੁਲੇਸ਼ਨਸ ਟੂ ਕੁਲਦੀਪ ਐਂਡ ਮੁਨੀ ਜੀ। ਥੈਂਕ ਯੂ। ਸ਼ੀ ਕਾਲਸ ਮੀ ਹਰ ਓਲਡਰ ਬ੍ਰਦਰ, ਕੁਲਦੀਪ ਗਿਵਸ ਮੀ ਦ ਰਿਸਪੈਕਟ ਆਫ ਐਨ ਓਲਡਰ ਬ੍ਰਦਰ। ਦਿਸ ਇਜ਼ ਅ ਵੈਰੀ ਪੋਜ਼ਿਟਿਵ ਸਟੈਪ, and Bhag Sahab already knows, I've already sent him a private message of positive criticism. I hope he doesn't mind it. And wish all the best again. Satnam. I've never liked,
ਕੁਲਦੀਪ ਗਿੱਲ ਬਾਰ ਬਾਰ ਇਸ਼ਾਰਾ ਕਰ ਰਿਹਾ, ਮੈਂ ਦੇਖ ਰਹੀ ਹਾਂ, ਮੈਂ ਇਸ਼ਾਰਾ ਅਵੋਇਡ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਲੋਕੀ ਕਹਿਣਗੇ ਆਪਣੀ ਜਨਾਨੀ ਨੂੰ ਇਸ਼ਾਰੇ ਕਰ ਰਿਹਾ, ਸੋ ਮੈਂ ਸਦਾ ਦੇਣਾ ਚਾਹਾਂਗਾ ਕਮਲ ਭਾਜੀ ਨੂੰ, ਪਲੀਜ਼ ਕਮ ਐਂਡ ਜੁਆਇਨ ਅਸ। ਇਹ ਪੂਰੀ ਮਾਈ ਟੀਵੀ ਦਾ ਪੂਰਾ ਲੋਗੋ ਦਾ ਇਹ ਮੈਚਿੰਗ ਕਰਕੇ ਆਏ ਨੇ, ਹੈਟਸ ਆਫ ਟੂ ਹਿਮ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਮੈਂ ਆਪਣੇ ਵੱਡੇ ਵੀਰ ਕੁਲਦੀਪ ਗਿੱਲ ਭਾਜੀ, ਮੋਨੀ ਭੈਣ ਜੀ ਅਤੇ ਬਾਪ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਇਸ ਉਪਰਾਲਾ ਕਰਨ ਦਾ। ਅਤੇ ਮੈਨੂੰ ਸਾਰੇ ਪੁੱਛਦੇ ਕਿ ਕਾਮਯਾਬੀ ਦਾ ਕੀ ਰਾਜ ਹੈ, ਕਿਵੇਂ ਹੈਗਾ, ਕਿਸ ਤਰੀਕੇ ਨਾਲ। ਅੱਜ ਕੱਲ੍ਹ ਆਪਾਂ ਜਦੋਂ ਵੀ ਕੋਈ ਚੀਜ਼ ਸੋਚ ਰਹੇ, ਸਭ ਸ਼ੋਰਟ ਟਰਮ ਨੂੰ ਜਾਂਦੇ ਹਾਂ ਕਿ ਇੱਕ ਮਿੰਟ ਦੇ ਵਿੱਚ ਕਾਮਯਾਬੀ ਪਾਉਣੀ ਹੈ। ਪਰ ਕੋਈ ਵੀ ਚੀਜ਼ ਜਿਹੜੀ ਵੀ ਤੁਸੀਂ ਕਾਮਯਾਬੀ ਪਾਉਣ ਲਈ, ਲੰਬਾ ਗੇਮ ਦੇ ਵਿੱਚ ਰਹਿਣਾ ਪੈਂਦਾ, ਆਪਣੇ ਆਪ ਨੂੰ ਵਿੱਚ ਨਾਲ ਹਰ ਤਰੀਕੇ ਨਾਲ ਆਪਣੇ ਪੂਰੇ ਯੋਗਦਾਨ ਅਤੇ ਪੂਰਾ ਆਪਣੇ ਆਪ 'ਤੇ ਬਲੀਵ ਜਿਹੜਾ ਰੱਖਣਾ ਕਿ ਬਈ ਇਸ ਵਿੱਚ ਜੋ ਮੈਂ ਕਰ ਰਿਹਾ ਵਾਂ, ਇਹ ਜੋ ਕਰ ਰਹੇ ਹਾਂ, ਇਹ ਬਿਲਕੁਲ ਜਿਹੜਾ ਹੈਗਾ, ਇਹ ਸਹੀ ਕਦਮ ਹੈਗਾ। ਸੋ ਜਿੰਨਾ ਚਿਰ ਤੁਸੀਂ ਲੰਮਾ ਇਸ ਨਾਲ ਚੱਲੋ, ਆਪਣੇ ਆਪ ਬਲੀਵ ਨੂੰ ਲੈ ਕੇ ਚੱਲੋ, ਅਤੇ ਜ਼ਰੂਰ ਕਾਮਯਾਬੀ ਮਿਲਦੀ ਹੈ। ਇਹੀ ਇੱਕ ਕਾਮਯਾਬੀ ਦਾ ਰੀਜ਼ਨ ਹੈ, ਕੋਈ ਇਸ ਤੋਂ ਇਲਾਵਾ ਦੂਜਾ ਨਹੀਂ। ਅਤੇ ਬਾਕੀ ਗਿੱਲ ਭਾਜੀ ਨੂੰ, ਇਹਨੂੰ ਭੈਣ ਜੀ ਨੂੰ, ਬਾਗ ਭਾਜੀ ਨੂੰ, ਅਤੇ ਇਹਨਾਂ ਨੂੰ ਮੈਂ ਜਾਣਦਾ, ਇਹਨਾਂ ਦਾ ਹਜੇ ਤੱਕ ਜਿਸ ਤਰੀਕੇ ਨਾਲ ਮੈਂ ਦੇਖ ਰਿਹਾ, ਇਹਨਾਂ ਜਿਵੇਂ ਇਹਦੇ ਵਿੱਚ ਟਾਈਮ ਸਪੈਂਡ ਕਰ ਰਹੇ ਨੇ, ਜਿਸ ਤਰੀਕੇ ਨਾਲ ਇਹ ਇਹਦੇ ਵਿੱਚ ਉੱਭਰੇ ਹੋਏ ਨੇ, ਸੋ ਇਸੇ ਤਰੀਕੇ ਨਾਲ ਇਹ ਰਹੇਗਾ। ਅਤੇ ਡੈਫੀਨੇਟਲੀ ਇਹ ਆਉਣ ਦੇ ਸਮੇਂ ਦੇ ਵਿੱਚ ਇਹ ਨੌਰਥ ਅਮੈਰੀਕਾ ਦੇ ਵਿੱਚ ਇਹ ਸਭ ਤੋਂ ਅੱਗੇ ਚੈਨਲ ਜਾਏਗਾ। ਸੋ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੀਰ। ਜਿਵੇਂ ਸੰਧੂ ਸਾਹਿਬ ਨੇ ਗੱਲ ਕੀਤੀ ਹੈ ਜੀ ਕਿ ਟਾਈਮ ਅਤੇ ਕੋਸਟ ਬਹੁਤ 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 ਜ਼ਰੂਰੀ ਹੈ। ਕਈ ਵਾਰੀ ਸਾਨੂੰ ਨੈਗੇਟਿਵ ਕਮੈਂਟਸ ਮਿਲਣ ਲੱਗ ਪੈਂਦੇ ਨੇ ਕਿ ਯਾਰ ਟੀ ਵੀ 'ਤੇ ਬੜੇ ਖੋਲ੍ਹਦੇ ਨੇ ਅਤੇ ਬੰਦ ਵੀ ਬੜੀ ਜਲਦੀ ਹੁੰਦੇ ਨੇ। ਮੈਂ ਇੱਕੋ ਗੱਲ ਕਹਿੰਦਾ ਹਾਂ, ਪਰ ਬੰਦ ਹੁੰਦੇ ਨੇ ਸਾਰੇ ਨਹੀਂ ਹੁੰਦੇ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਜਿਹੜੇ ਨਹੀਂ ਬੰਦੇ ਉਹਨਾਂ ਦੇ ਵਿੱਚ ਰਹੀਏ। ਐਂਡ ਪੰਜਾਬੀ ਦੀਆਂ ਲਾਈਨਾਂ, ਜੀ ਕੀ ਹੋਇਆ ਜੇ ਮੈਂ ਹਰ ਕੇ ਆਇਆ ਹਾਂ, ਕੀ ਹੋਇਆ ਜੇ ਮੈਂ ਹਰ ਕੇ ਆਇਆ ਹਾਂ, ਸੰਤੁਸ਼ਟ ਹਾਂ ਕਿ ਕੁਛ ਕਰਕੇ ਆਇਆ। So if we go down, we'll go down fighting. But I promise you, we will not go down. Why will the kippa jai ka thoda pyar jai, we will not go down. Kyunki asi down jaali khulle hi nahi hai. Ese karke asi apni ikko kehnda kachhi ko meri chaal rakhi hui hai. Hauli hauli Kuldeep da siga, saade Gill saab bade thande sawale ne. Gill bhi yaar, Kuldeep Gill bhi lag gaya, anchor ka tu bolde hi nahi yaar. See, ਹਰੇਕ ਬੰਦੇ 'ਚ ਜੀ ਕੋਈ ਨਾ ਕੋਈ ਗੁਣ ਹੈ, ਔਰ ਓਪਰਚੁਨਿਟੀ ਦੇ ਮੌਕਾ ਜਦੋਂ ਤੱਕ ਨਹੀਂ ਮਿਲਦਾ, ਗੁਣ ਬਾਹਰ ਮਿਲਦਾ। ਮੈਂ ਨਾ ਇੱਕ ਦਿਨ ਇੱਥੋਂ ਜਦੋਂ ਮੈਂ ਮੇਰਾ 7 ਘੰਟੇ ਦਾ ਸਫ਼ਰ ਹੈ, ਅਤੇ ਮੈਂ ਕਈ ਵਾਰੀ ਗੱਲਾਂ ਕਰਦਾ ਆਪਣਾ ਆਪਣੇ ਆਪ ਨੂੰ। ਸੋ ਮੈਂ ਲਿਖਿਆ ਸੀ ਕਿ ਸਿਫਤ ਕਰਾਂ ਦਾਤਾਰ ਤੇਰੀ ਤੂੰ ਕੈਸੀ ਖੇਡ ਰਚਾਈਏ, ਕੀ ਸਿਫਤ ਕਰਾਂ ਦਾਤਾਰ ਤੇਰੀ ਤੂੰ ਕੈਸੀ ਖੇਡ ਰਚਾਈਏ, ਕੁਦਰਤ ਦੇ ਕਣਕਾਂ ਅੰਦਰ ਤੂੰ ਆਪਣੀ ਹੋਂਦ ਟਿਕਾਈਏ। ਉਹਦੀਆਂ ਅਖੀਰਲੀਆਂ ਲਾਈਨਾਂ ਨੇ, ਆਪਾਂ ਚਿੱਕੜ ਨੂੰ ਕਿੰਨਾ ਮਾੜਾ ਕਹਿੰਦੇ, ਕਹਿੰਦਾ ਲੋਕੀ ਜਿਹਨੂੰ ਚਿੱਕੜ ਆਖਣ ਵਿੱਚ ਚਿੱਕੜ ਵੀ ਗੁਣ ਪਾਇਆ ਹੈ, ਕੋਈ ਨਾ ਕੋਈ ਗੁਣ ਹੈਗਾ ਉਹਦੇ 'ਚ। ਲੋਕੀ ਜਿਹਨੂੰ ਚਿੱਕੜ ਆਖਣ ਵਿੱਚ ਚਿੱਕੜ ਕੋਈ ਗੁਣ ਪਾਇਆ ਹੈ, ਗੁਣ ਉਸੇ ਨੂੰ ਦਰਸਾਉਣ ਲਈ ਫੁਲਕਮਲ ਦਾ ਬਾਹਰ ਆਇਆ ਹੈ, ਫੁਲਕਮਲ ਦਾ ਉੱਥੇ ਹੁੰਦਾ, ਠੀਕ ਹੈ ਨੀ। ਸੋ ਮਤਲਬ ਆਈ ਜਸਟ ਵਾਂਟ ਟੂ ਸੇ ਦਿਸ ਕਿ ਮਾਈਂਡ ਟੀਵੀ ਦਾ ਪਲੈਟਫਾਰਮ ਨਾ, ਹਰ ਇੱਕ ਉਸ ਇਨਸਾਨ ਦੀ ਜਿਹਦੇ 'ਚ ਗੁਣ ਹੈਗਾ, ਉਹ ਆਪਣਾ ਗੁਣ ਅੱਗੇ ਲਿਆਉਣਾ ਚਾਹੁੰਦਾ। ਮੈਂ ਇੰਨਾ ਹੀ ਕਹਾਂਗਾ ਜੀ, ਮੋਦੀ ਮੇਰੇ ਵੱਲੋਂ, ਮੇਰੇ ਰੂਹ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਪੋਸੀਬਲ ਨਹੀਂ ਹੈਗਾ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜਦੇ ਆ, ਪੰਜ ਤਾਰਾ ਜਿਹੜਾ ਕਿ ਖਾਣਾ ਵੀ ਪੰਜ ਤਾਰੇ ਦਾ ਸੀ। ਸੋ ਜਿਹਦਾ ਨਮਕ ਖਾਧਾ ਉਹਦਾ ਹੱਕ ਅਦਾ ਕਰਨਾ ਚਾਹੀਦਾ। ਸੋ ਪੰਜ ਤਾਰਾ ਨੂੰ ਥੈਂਕ ਯੂ ਸੋ ਮੱਚ ਸਾਡੇ ਨਾਲ ਜੁੜਨ ਵਾਸਤੇ, ਹਮੇਸ਼ਾ ਸਾਨੂੰ ਸਪੋਰਟ ਕਰਨ ਵਾਸਤੇ। ਔਰ ਮੇਰਾ ਵੀਰ ਜਗੀਰ ਡੀਜੇ ਕੀ ਨਾਮ ਇਹਦਾ ਹੈ, ਜੇ ਰਾਈਟ, ਉਹਦੇ ਵਾਸਤੇ ਕਿਉਂਕਿ ਸਾਊਂਡ ਔਰ ਲਾਈਟਾਂ ਸਾਈਟਾਂ ਸਭ ਉਸ ਬੰਦੇ ਨੇ ਪ੍ਰੋਵਾਈਡ ਕੀਤੀਆਂ ਨੇ। ਮੇਰਾ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਸਾਡੀ ਟੀਮ ਨਾਲ ਜਿੰਨਾ ਕੁ ਵੀ ਕੋਈ ਸਾਡੇ ਨਾਲ ਸਾਥ ਦਿੰਦਾ, ਅਸੀਂ ਉਹਦੇ ਨਾਲ ਪੂਰਾ ਆਪਣਾ ਸਪੋਰਟ ਉਹਨੂੰ ਦਈਏ।
ਔਰ ਮੈਂ ਕਹਾਂਗੀ ਕਿ ਮੈਂ ਛੋਟਾ ਜਿਹਾ ਇੱਕ ਹੋਰ ਉਪਰਾਲਾ ਕੀਤਾ ਹੈ ਕਿ ਵੈਡਿੰਗ ਪਲੈਨਰ ਦਾ ਪਲੈਨ ਕਰਨ ਦਾ ਸੋਚਿਆ, ਕਿਉਂਕਿ ਜਿੱਦਾਂ ਮੇਰੇ ਵੀਰ ਨੇ ਕਿਹਾ ਕਿ ਮੈਂ ਕੁਛ ਨਹੀਂ ਕਰਦੀ, ਕੁਛ ਕਰਨ ਦੀ ਕੋਸ਼ਿਸ਼ ਹੈ, ਸੋ ਮੈਂ ਦੇਖਦੀ ਹਾਂ ਕੁਛ ਕੀ ਕਰਦਾ. ਸੋ ਜਿਹੜੀ ਛੋਟੀ ਮੋਟੀ ਡੈਕੋਰੇਸ਼ਨ ਤੁਸੀਂ ਦੇਖੀ ਹੈ, ਉਹ ਤੁਸੀਂ ਡਰਮਾ ਪ੍ਰੋਡਕਸ਼ਨ ਹੈਗਾ ਜਿਹੜਾ ਕਿ ਬਹੁਤ ਅੱਛਾ ਉਹਨਾਂ ਦਾ ਸਮਾਨ ਹੈਗਾ, ਅਤੇ ਉਹਨਾਂ ਦਾ ਵੀ ਥੈਂਕ ਯੂ ਕਰਨਾ ਚਾਹਾਂਗੀ ਕਿ ਉਹ ਮੈਨੂੰ ਗਾਈਡ ਕਰ ਰਹੇ ਨੇ, ਮੈਨੂੰ ਟੀਚ ਕਰ ਰਹੇ ਨੇ ਕਿ ਹਾਊ ਟੂ ਬਿਕਮ ਅ ਬੈਟਰ ਪਲੈਨਰ. ਸੋ ਕੋਸ਼ਿਸ਼ ਕਰ ਰਹੇ ਹਾਂ ਅਤੇ ਕਿ ਆਪਣੇ ਘਰ ਦਾ ਇਵੈਂਟ ਪਲੈਨ ਅੱਛੇ ਤਰੀਕੇ ਨਾਲ ਕੀਤਾ ਜਾਵੇ. ਟਾਈਮ ਬਹੁਤ ਸ਼ੋਰਟ ਸੀ, ਲੇਕਿਨ ਅਸੀਂ ਫਿਰ ਵੀ ਟਰਾਈ ਕੀਤਾ ਕਿ ਅਸੀਂ ਤਿੰਨ ਜਾਣਿਆਂ ਨੇ ਅਸੀਂ ਇਹ ਕੰਮ ਕੀਤਾ. ਮੇਰੇ ਬੱਚੇ ਵੀ ਭੱਜ ਗਏ ਦਰਮੀ ਵੇਖ ਕੇ, ਉਹ ਕਹਿੰਦੇ ਮਾਂ ਤੂੰ ਕੱਲੀ ਕਰ, ਕਿਉਂਕਿ ਅਸੀਂ ਤਿੰਨੋਂ ਜਾਣੇ ਜਦੋਂ ਅਸੀਂ ਡੰਡੇ ਵੇਖੇ ਬਾਹਰ ਜਿਹੜੇ ਤੰਬੂ ਦੇ, ਤੰਬੂ ਮਤਲਬ ਟੈਂਟ ਦੇ, ਅਤੇ ਉਹ ਸਾਨੂੰ ਪਹਿਲਾਂ ਦਿਮਾਗ ਦੇ ਵਿੱਚ ਅੱਧਾ ਘੰਟਾ ਮੈਂ ਕਿਹਾ ਓ ਮਾਈ ਗਾਡ, ਮੈਂ ਵੀਡੀਓ ਵੀ ਬਣਾਈ ਹੋਈ ਕਿ ਮੇਰੀ ਇੱਕ ਹੈਬਿਟ ਹੈ ਜਿਹੜੀ ਮੈਂ ਕੁਛ ਨਹੀਂ ਕਰਦੀ, ਉਹ ਸਿਰਫ ਮੈਂ ਵੀਡੀਓ ਬਣਾਉਂਦੀ ਹਾਂ ਜਾਂ ਫੋਟੋਆਂ ਲੈਂਦੀ ਹਾਂ, ਕਈ ਮੈਂ ਸਾਰੀਆਂ ਚੀਜ਼ਾਂ ਪੋਸਟ ਨਹੀਂ ਕਰਦੀ, ਕਈ ਮੈਂ ਪਰਸਨਲ ਰੱਖਦੀ ਹਾਂ ਕਿਉਂਕਿ ਮੇਰਾ ਪੈਸ਼ਨ ਹੈ ਮੂਮੈਂਟਸ ਨੂੰ ਕੈਚ ਕਰਨਾ, ਮੂਮੈਂਟਸ ਨੂੰ ਕੈਪਚਰ ਕਰਕੇ ਰੱਖਣਾ ਮੇਰਾ ਪੈਸ਼ਨ ਹੈ. ਸੋ ਉਹ ਮੈਂ ਬਣਾਈਆਂ ਨੇ ਕਿ ਇਹ ਲੋਕ ਸਾਡੇ ਡੰਡੇ ਲਾ ਰਹੇ ਨੇ ਅਤੇ ਕੁਦੀ ਧਿਆਨ ਮਾਰ ਰਹੇ ਹਾਂ, ਔਰ ਮੈਂ ਆ ਕੇ ਪੁੱਛਿਆ ਕਿ ਇਹਦੇ 'ਚ ਕੋਈ ਡਾਇਰੈਕਸ਼ਨ ਹੈਗੀ, ਇਹ ਬਣੇਗਾ ਕਿੱਦਾਂ. ਸੋ ਇਹ ਛੋਟੇ ਛੋਟੇ ਹਰਡਲਸ ਨੇ, ਇਹ ਕੁਛ ਵੀ ਨਹੀਂ. ਮੈਂ ਅੱਗੇ ਪਾਲ ਭਾਅ ਜੀ ਔਰ ਕੁਲਦੀਪ ਨੇ ਮੈਂ ਇਹ ਕਹਾਂਗੀ ਕਿ ਅਸੀਂ ਇਸ ਇਹ ਜਰਨੀ ਕੋਈ ਸੌਖੀ ਜਰਨੀ ਨਹੀਂ ਸੀ. ਇਹਦੇ 'ਚ ਮੇਰੇ ਬੱਚੇ ਭੁੱਖੇ ਵੀ ਸੁੱਤੇ ਨੇ, ਲੇਟ ਵੀ ਸੁੱਤੇ ਨੇ, ਸੇਮ ਭਾਅ ਜੀ ਨਾਲ ਵੀ ਹੋਇਆ ਹੋਏਗਾ, ਉਹਨਾਂ ਨੇ ਕਿੰਨੇ ਪ੍ਰੋਗਰਾਮ ਆਪਣੀ ਬੇਟੀ ਦੇ ਵਿਆਹ ਦੇ ਮਿਸ ਵੀ ਕੀਤੇ ਹੋਣਗੇ, ਅਸੀਂ ਵੀ ਕੀਤੇ ਕਿਉਂਕਿ ਉਹਨਾਂ ਦੀ ਬੇਟੀ ਸਾਡੀ ਬੇਟੀ, ਇੱਕ ਪਰਿਵਾਰ ਹੈ, ਇੱਕ ਸਾਂਝਾ ਪਰਿਵਾਰ ਹੈ. ਸੋ ਬਹੁਤ ਚੀਜ਼ਾਂ ਮਿਸ ਹੋਈਆਂ ਨੇ ਬੜੇ ਲੋਕਾਂ, ਕਈ ਜਿਹੜੇ ਦੋਸਤ ਮਿੱਤਰ ਉਹ ਕਿਸੇ ਦਾ ਮੇਰੇ ਹੋਣ ਲੇਕਿਨ ਭਾਅ ਜੀ ਦੇ ਨਾ ਹੋਣ, ਜਾਂ ਭਾਅ ਜੀ ਦੇ ਨੇ ਉਹ ਮੇਰੇ ਨਾ ਹੋਣ, ਉਹ ਵੀ ਗਵਾਏ ਨੇ, ਕੁਛ ਨਵੇਂ ਬਣਾਏ ਵੀ ਨੇ, ਜੇ ਪੁਰਾਣੇ ਗਵਾਏ ਨੇ ਤਾਂ ਨਵੇਂ ਪਾਏ ਵੀ ਨੇ. ਸੋ ਇਹ ਬੜਾ ਕੁਛ ਬੜੇ ਇਮੋਸ਼ਨਸ ਦੇ ਨਾਲ ਅਸੀਂ ਗੁਜ਼ਰੇ ਹਾਂ, ਇਹ ਕੋਈ ਈਜ਼ੀ ਰਾਊਟ ਨਹੀਂ ਸੀਗਾ. ਹਾਲੇ ਵੀ ਅਸੀਂ ਤਿੰਨ ਦਿਮਾਗ ਆ, ਮੈਂ ਕਿਹਾ ਟੈਂਟ ਇੱਥੇ ਨਹੀਂ ਇੱਥੇ ਲੱਗੂਗਾ, ਕਾਰਪੇਟ ਇੱਥੇ ਨਹੀਂ ਇੱਥੇ ਵਿਛੂਗਾ. ਸੋ ਈਚ ਐਂਡ ਐਵਰੀ ਸਮੋਲ ਸਟੈਪ ਜਿਹੜਾ ਹੈਗਾ ਇਹ ਮੈਂ ਤਾਂ ਦੱਸ ਰਹੀ ਹਾਂ ਜਿਹੜਾ ਕਿ ਤੁਹਾਡੀ ਅੱਖਾਂ ਦੇ ਸਾਹਮਣੇ ਤਾਂ ਕਿ ਤੁਹਾਨੂੰ ਦਿਮਾਗ 'ਚ ਰਹੇ. ਬਹੁਤ ਮੁਸ਼ਕਿਲ ਸੀਗਾ, ਲੇਕਿਨ ਹੈਟਸ ਆਫ ਟੂ ਥ੍ਰੀ ਆਫ ਅਸ, ਟ੍ਰਾਇਓ ਦੀ ਜਿਹੜੀ ਜੋੜੀ ਹੈ, ਅਸੀਂ ਇੱਕ ਰਿਜ਼ਲਟ 'ਤੇ ਆ ਜਾਂਦੇ ਹਾਂ, ਔਰ ਸਾਡੇ ਤਿੰਨਾਂ ਦਾ ਪੈਸ਼ਨ ਹੈ ਜਿਹੜਾ ਉਹ ਤੁਹਾਡੇ ਸਾਹਮਣੇ ਹਾਜ਼ਰ ਕੀਤਾ ਜੀ. ਸਾਰਿਆਂ ਨੂੰ ਹੱਥ ਜੋੜ ਕੇ ਦਿਲੋਂ ਸਤਿ ਸ਼੍ਰੀ ਅਕਾਲ. ਲੰਚ ਲੈ ਕੇ ਤੁਸੀਂ ਅੰਦਰ ਵੀ ਆ ਸਕਦੇ ਹੋ, ਬਿਕੋਜ਼ ਬਾਹਰ ਗਰਮੀ ਹੈ. ਜਿਹਨਾਂ ਨੇ ਬਾਈਕਸ ਨਹੀਂ ਦਿੱਤੀਆਂ ਪਲੀਜ਼ ਆਪਾਂ ਰਿਕਾਰਡਿੰਗ ਕਰਨੀ ਆ, ਥੋੜ੍ਹੇ ਬਾਈਕਸ ਜ਼ਰੂਰ ਦੇ ਦਿਓ ਤੁਸੀਂ ਜਿਹੜੇ ਆਏ ਹੋ, ਅਤੇ ਰੋਟੀ ਲੈ ਜਾਓ, ਫਤਿਹ ਛਾ ਗਏ ਆਪਾਂ ਛਾ ਗਏ, ਬਸ ਵੀ ਪਹਿਲਾਂ ਆਪਾਂ ਰੋਟੀ ਲੈਣੀ, ਕੋਈ ਗੱਲ ਨਹੀਂ, ਰੋਟੀ ਲੈਣੀ ਆ ਫਿਰ ਉਸ ਬਾਅਦ ਪਹਿਲੇ ਪੇਟ ਪੂਜਾ ਕਰ ਕੰਮ ਪੂਜਾ. ਕਿਸੇ ਹੋਰ ਨੇ ਵਿਚਾਰ ਮੋਹ ਚਲੇ ਕਿਸੇ ਸੰਤ ਨੂੰ, ਕਮ ਕਮ ਕਮ, ਇਹ ਸਾਰਾ ਚੜ੍ਹਦੀ ਕਲਾ ਸਪੋਰਟਸ ਕਲੱਬ, ਇਹ ਸਾਡੇ ਕਲੱਬ ਦਾ ਹੀਰਾ, ਮੇਰੀ ਤਾਂ ਮਨਾਂ ਦੀ ਵੀ ਨੈਕਸਟ ਜਨਰੇਸ਼ਨ ਦਾ ਨੈਕਸਟ ਜਨਰੇਸ਼ਨ ਜਿਹੜੇ ਆ ਕੇ ਸਾਨੂੰ ਜੁਆਇਨ ਕਰੇ, ਅਤੇ ਇਹਨਾਂ ਨੇ ਚੜ੍ਹਦੀ ਕਲਾ ਸਪੋਰਟਸ ਕਲੱਬ ਖੋਲਿਆ, ਆਪਾਂ ਦਾ ਛੋਟਾ ਬ੍ਰਦਰ ਆਕਾਸ਼ ਅਜਵਦਿਆ, ਐਂਡ ਬੜੀ ਖੁਸ਼ੀ ਹੋਈ ਮੈਨੂੰ, ਮੈਂ ਪਿਛਲੇ ਸਾਲ ਇਹਨਾਂ ਨੇ ਪਹਿਲਾਂ ਕਬੱਡੀ ਕੱਪ ਕਰਾਇਆ, ਔਰ ਮੈਂ ਮਿਡ ਵੈਸਟ ਜਿਹੜੇ ਕਬੱਡੀ ਕੱਪ ਨੇ ਵੱਡੇ ਮੇਲੇ ਨੇ, ਮੈਂ ਉਹਨਾਂ ਨੂੰ ਹੋਸਟ ਕਰਦਾ ਸਾਰਾ, ਐਂਡ ਜਸਟ ਟੂ ਸ਼ੇਅਰ ਇਟ ਆਈ ਡੂ ਇਟ ਫਰੀ, ਮੇਰਾ ਪੈਸ਼ਨ ਹੈ ਤਾਂ ਮੈਂ ਟਰੈਵਲ ਜੋ ਸਾਰਾ ਕੁਛ ਮੇਰੀ ਜੇਬ ਵਿੱਚ ਖਰਚਾ ਹੁੰਦਾ, ਪਰ ਮੈਂ ਜਾਂਦਾ ਉਹਦੀ ਸੇਵਾ ਕਰਨ, ਅਤੇ ਕੋਈ ਸ਼ੱਕ ਨਹੀਂ ਦੁਬਈ ਦੇ ਔਰਗਨਾਈਜ਼ਰ, ਮੈਂ ਸਾਡੀ ਮੈਂ ਕਹਿੰਦਾ ਸਾਡੀ ਜ਼ਿੰਦਗੀ ਤਾਂ ਬਸ ਬੇਕੂਫ ਹੈ, ਦੈਟ ਇਜ਼ ਹਾਊ ਆਈ ਫੀਲ. ਕੋਈ ਬੰਦੇ ਨੇ ਮੇਰੇ ਕੋਲ ਸਟੇਜ 'ਤੇ ਨਹੀਂ ਆਉਣ ਦਿੱਤਾ, ਕੋਈ ਬੰਦੇ ਨੇ ਗਰਾਊਂਡ 'ਚ ਨਹੀਂ ਵੜ ਦਿੱਤਾ, ਔਰ ਜਿਹੜੀ ਹਿਸਟਰੀ ਰਚੀ ਇਹਨਾਂ ਨੇ ਕਿ ਸਾਡੀਆਂ ਧੀਆਂ ਜਾ ਕੇ ਪਲੇਅਰ ਨੂੰ ਮਿਲ ਕੇ ਆਈਆਂ, ਪੂਰੀ ਦੁਨੀਆ 'ਤੇ ਪਹਿਲਾ ਟੂਰਨਾਮੈਂਟ ਸੀ ਜਿੱਥੇ ਸਾਡੀਆਂ ਔਰਗਨਾਈਜੇਸ਼ਨ ਦੇ ਕਲੱਬ ਦੇ ਮੈਂਬਰਸ ਨੇ ਉਹ ਬੱਚੀਆਂ ਗਈਆਂ, ਅਨਾਊਂਸ ਕੀਤਾ ਕਿ ਸਾਡੀਆਂ ਜਿਹੜੀ ਧੀਆਂ ਆਪਣੇ ਭਰਾਵਾਂ ਨੂੰ ਵੈਲਕਮ ਕਰਨ ਲਈ ਅਤੇ ਮਿਲਣ ਲਈ ਇਸ ਤੇ ਆ ਰਹੀਆਂ ਨੇ, ਐਂਡ ਦੈਟ ਇਜ਼ ਇਟਸੈਲਫ ਹਿਊਜ ਅਕੰਪਲਿਸ਼ਮੈਂਟ ਔਨ ਦੇਅਰ ਪਾਰਟ, ਕਿਉਂਕਿ ਬੱਚਿਆਂ ਦੀ ਸੋਚ ਬਹੁਤ ਉੱਪਰ ਹੈ, ਅਸੀਂ ਕਹਿੰਦੇ ਪੁਰਾਣੀ ਸੋਚ ਨੂੰ ਨਾਲੇ ਲਈ ਫਿਰਦੇ ਹਾਂ. ਸੋ ਐਨੀਵੇ ਤੋਲਾ ਸੋਚਾਂ ਖੁਸ਼ੇਰਾ. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮਾਈ ਮਾਈ ਪੰਜਾਬੀ ਇਜ਼ ਓਕੇ, ਮਾਈ ਇੰਗਲਿਸ਼ ਇਜ਼ ਅ ਲੋਟ ਬੈਟਰ, ਸੋ ਆਈ ਐਮ ਸਪੀਕਿੰਗ ਇੰਗਲਿਸ਼. Yeah, just thanks for letting us speak here, and everyone's already said a lot of the stuff that I would have liked to say, but I guess one thing I want to say to you guys is you always thank Punjab for supporting you, but it's a two-way street, you know. MyTV is always supporting us, Lucky Blanco is always at the Jordan Eagle events, so I just want to emphasize that it is one community and it goes two ways, so anything we can do to help, please let us know.
And we have a lot of events coming up this summer. Everything we do is free, so we have an all-girls volleyball tournament planned, so hopefully. Yeah, we don't have a date yet, but that's going to happen. And actually, the first thing that's happening is we're doing a blood drive at St. Salvador on Braddock Road, Sunday, June 3rd, 11 to 3 p.m. So please come, give blood. Everything we do is free. Everything we do is for the community. So please come and support. And then, of course, the Kickabout Decomp will be happening towards the end of the summer, probably in August or September. Stay tuned for that. Thank you. Bule sonha sabhiya ka vaidhi ka khalsa vaidhi chakti ho bande ਬਾਕੀ ਵੇਖੀ ਜਾਓ ਸਾਨੂੰ ਸ਼ੀਦ ਦੇਣ ਵਾਲਾ ਸਹੀ ਗੱਲ ਆਈ ਫੀਲ ਯੰਗ ਕਿ ਜਿਹੜੇ ਤੱਕ ਮੇਰੇ ਤੋਂ ਵੱਡੇ ਵੱਡੇ ਨੇ ਬੈਠੇ ਨੇ ਨਾ ਆਈ ਫੀਲ ਯੰਗ ਯੰਮੀ ਕੇ